Hi everyone, Sat Sri Akal ji saryan nu. Hello everyone, kivein ho tusi sare? I hope you all are good. YouTube and Instagram, Sat Sri Akal ji. So thand thodi kati ke nahi kati, hale vi hota hi hai. Sat Sri Akal Jasreen ji, kidda ho tusi? Diet nahi change karni? Good evening ji, good evening. मेरा ना बैठ बैठ के सारा दिन स्टडी करके नोट्स ओपन पोर्स पिगमेंटेशन फेशियल हेयर एक्ने हार्मोनल एक्ने पढ़ पढ़ के पढ़ पढ़ के पढ़ पढ़ के नवा जस्ट देखो शुरू किया सी और कितना ज्यादा पढ़ के. हेलो टीम, वेलकम. कट गई है ठंड, चलो बढ़िया. आई एम फ्रॉम चंडीगढ़ बट नाउ आई स्टे इन मुंबई. ਤੁਸੀਂ ਸੁਣਾਓ ਪਹਿਲਾਂ ਸਾਰੇ ਜਾਣੇ ਕਿੱਦਾਂ. ਅੱਜ ਅਸੀਂ ਬਹੁਤ ਹੀ ਇੰਪੋਰਟੈਂਟ ਟੌਪਿਕ 'ਤੇ ਗੱਲ ਕਰਨ ਜਾ ਰਹੇ ਹਾਂ. ਇੱਕ ਨੇ ਬਹੁਤ ਸਾਰੇ ਟੌਪਿਕਸ ਜਿੱਦਾਂ ਕਿ ਪਿਗਮੈਂਟੇਸ਼ਨ ਕਿਉਂ ਹੁੰਦੀ ਹੈ, ਫੇਸ਼ੀਅਲ ਹੇਅਰ ਕਿਉਂ ਹੋ ਜਾਂਦੇ ਹੈ, ਓਪਨ ਪੋਰਸ ਕਿਉਂ ਹੁੰਦੇ ਹੈ ਸਾਨੂੰ, ਐਕਨੇਸ ਕਿਉਂ ਹੋ ਜਾਂਦੇ ਹੈ, ਆਈ ਬੈਗਸ ਕਿਉਂ ਬਣ ਜਾਂਦੇ ਹੈ, ਆਈਬ੍ਰੋਜ਼ 'ਚੋਂ ਹੇਅਰ ਕਿਉਂ ਉੱਡ ਜਾਂਦੇ ਹੈ, ਬਾਲਡ ਕਿਉਂ ਹੋ ਜਾਂਦਾ ਸਾਡਾ, ਔਰ ਰੋਸ਼ੀਆ ਕਿਉਂ ਹੋ ਜਾਂਦਾ ਹੈ. ਸਮਟਾਈਮ ਅਸੀਂ ਇੰਡੀਆ ਦੇ ਵਿੱਚ ਹੁੰਦੇ ਹਾਂ ਅਤੇ ਅਸੀਂ ਅਬਰੋਡ ਜਾਂਦੇ ਹਾਂ ਤਾਂ ਸਾਡੀ ਸਕਿਨ ਕਿਉਂ ਖਰਾਬ ਹੋ ਜਾਂਦੀ ਹੈ. ਬਹੁਤ ਸਾਰੀ ਰੀਜ਼ਨ ਹੈ, ਬਹੁਤ ਸਾਰੀਆਂ ਗੱਲਾਂ ਕਰਾਂਗੇ ਅੱਜ ਅਸੀਂ ਲਾਈਵ ਦੇ ਵਿੱਚ. ਸੋ ਅਗਰ ਕੋਈ ਵੀ ਮੇਰੀ ਭੈਣ ਮੈਨੂੰ ਕੁਛ ਪੁੱਛਣਾ ਚਾਹੁੰਦੀ ਹੈ, ਕਮਲ, ਹਾਂਜੀ ਕਮਲ ਕਸ਼ਪ, ਤਾਂ ਮੈਨੂੰ ਕੋਈ ਵੀ ਤੁਸੀਂ ਦੱਸ ਸਕਦੇ ਹੋ ਕਿ ਹਾਂ ਅਸੀਂ ਗੱਲ ਕਰਨਾ ਚਾਹੁੰਦੇ ਹਾਂ. ਆਈ ਵਿਲ ਅਕਸੈਪਟ ਯੋਰ ਰਿਕੁਐਸਟ, ਬਟ ਉਹ ਤੋਂ ਪਹਿਲਾਂ ਤੁਸੀਂ ਮੈਨੂੰ ਇਹ ਦੱਸਣਾ ਹੈ ਕਿ ਕਿਹੜੇ ਸ਼ਹਿਰ ਤੋਂ ਬੋਲਦੇ ਹੋ. ਗੁਰਨਵਾਜ਼ ਕਿੱਦਾਂ, ਠੀਕ ਹੋ? ਥੈਂਕ ਯੂ ਜਸਰੀਨ ਜੀ. ਸਾਰਿਆਂ ਨੂੰ ਆਉਣ ਦਿਓ, ਫਿਰ ਆਪਾਂ ਆਪਣਾ ਗੱਲਾਂ ਦਾ ਸਿਲਸਿਲਾ ਸ਼ੁਰੂ ਕਰਦੇ ਹਾਂ. ਓਕੇ, ਸੋ ਮੈਨੂੰ ਇਹ ਦੱਸੋ ਕਿ ਤੁਹਾਨੂੰ ਆਪਣੇ ਫੇਸ ਨੂੰ ਲੈ ਕੇ ਕਿਹੜੀ ਕਿਹੜੀ ਪ੍ਰੋਬਲਮ ਹੈ. ਪਿਗਮੈਂਟੇਸ਼ਨ ਜ਼ਿਆਦਾ ਹੈ, ਫੇਸ਼ੀਅਲ ਹੇਅਰ ਜ਼ਿਆਦਾ ਹੈ, ਐਕਨੇ ਜ਼ਿਆਦਾ ਹੈ, ਹਾਰਮੋਨਲ ਐਕਨੇ ਹੈ, ਓਪਨ ਪੋਰਸ ਹੈ, ਆਈ ਬੈਗਸ ਬਣ ਗਏ, ਆਈ ਅੰਡਰ ਆਈ ਹੇਅਰ ਫਾਲ ਬਹੁਤ ਜ਼ਿਆਦਾ ਹੋ ਰਿਹਾ, ਗੰਜਾਪਨ ਆ ਰਿਹਾ, ਆਈਬ੍ਰੋਜ਼ 'ਚੋਂ ਵਾਲ ਉੱਡ ਰਹੇ ਹੈ, ਡਾਰਕ ਸਰਕਲਸ ਹੋ ਗਏ ਹੈ, ਅੱਖਾਂ ਲਾਲ ਰਹਿੰਦੀਆਂ, ਜਾਂ ਫਿਰ ਤੁਹਾਡੀ ਸਕਿਨ ਬੜੀ ਓਇਲੀ ਹੋ ਗਈ ਹੈ, ਤੁਹਾਡਾ ਸਕੈਲਪ ਬੜਾ ਓਇਲੀ ਹੈ, ਰੈੱਡ ਚੀਕਸ ਜਿਹਨੂੰ ਆਪਾਂ ਰੋਸ਼ੀਆ ਕਹਿੰਦੇ ਹਾਂ ਉਹ ਹੋ ਗਿਆ, ਬਰਾਊਨ ਜਾਂ ਫਿਰ ਗ੍ਰੇ ਤੁਹਾਨੂੰ ਪਿਗਮੈਂਟੇਸ਼ਨ ਹੋ ਰਹੀ ਹੈ, ਤੁਸੀਂ ਪਲੀਜ਼ ਇਹ ਜ਼ਰੂਰ ਦੱਸੋ ਮੈਨੂੰ. ਸੋ ਉਸ ਹਿਸਾਬ ਦੇ ਨਾਲ ਮੈਂ ਤੁਹਾਨੂੰ ਟਿਪਸ ਦਿੰਦੀ ਹਾਂ. ਟਿਪਸ ਕੀ ਤੁਹਾਨੂੰ ਮੈਂ ਅੱਜ ਦੱਸਦੀ ਹਾਂ ਕਿ ਆਪਾਂ ਕੀ ਕਰਨਾ. ਪਿਗਮੈਂਟੇਸ਼ਨ, ਆਈ ਬੈਗਸ, ਹਾਂਜੀ ਪਲੀਜ਼ ਪਲੀਜ਼, ਕਿਉਂਕਿ ਮੈਂ ਸਾਰੇ ਤੁਹਾਡੇ ਸਾਰਿਆਂ ਲਈ ਨੋਟਸ ਬਣਾਏ ਹੋਏ ਹੈ. ਸਤਿ ਸ਼੍ਰੀ ਅਕਾਲ ਗੁਰਮਨ, ਡਾਇਟ ਸ਼ੁਰੂ ਕੀਤੀ ਤੁਸੀਂ ਕਿ ਨਹੀਂ ਕੀਤੀ? ਹੇਅਰ ਫਾਲ, ਓਕੇ, ਯੈਸ ਯੂ ਕੈਨ ਨੋਟ ਡਾਊਨ ਦਾ ਆਈ ਡੀ ਪਲੀਜ਼. ਨੋ ਗਲੋ, ਨੋ ਵਰੀਜ਼, ਐਕਨੇ, ਓਕੇ. ਹਾਂਜੀ ਜਲਦੀ ਜਲਦੀ ਦੱਸੋ ਕਿਉਂਕਿ ਮੈਂ ਬਹੁਤ ਸਾਰੀਆਂ ਗੱਲਾਂ ਤੁਹਾਨੂੰ ਦੱਸਣੀਆਂ, ਫਿਰ ਮੈਂ ਤੁਹਾਨੂੰ ਕੁਛ ਹੋਰ ਨੌਲੇਜ ਵੀ ਦੇਣੀ ਹੈ. ਵੇਟ ਗੇਨ ਨਹੀਂ ਹੁੰਦਾ, ਵੇਟ ਗੇਨ ਨਹੀਂ ਹੁੰਦਾ, ਕੈਲਰੀਜ਼ ਇਨਟੇਕ ਜ਼ਿਆਦਾ ਕਰ ਦਿਓ, ਬੈਕ ਪੇਨ ਹੈ, ਵੇਟ ਆਪਣਾ ਲੋਸ ਕਰੋ, ਹੇਅਰ ਫਾਲ, ਐਕਨੇ, ਹੇਅਰ ਫਾਲ, ਫੇਸ ਹੇਅਰ ਬਹੁਤ ਓਕੇ, ਫੇਸ਼ੀਅਲ ਹੇਅਰ, ਯਾਨੀ ਕਿ ਆਪਾਂ ਉਹਨੂੰ ਫੇਸ਼ੀਅਲ ਹੇਅਰ ਕਹਿੰਦੇ ਹਾਂ. ਹਾਂਜੀ ਅੱਜ ਸਾਰੇ ਜਣੇ ਤੁਸੀਂ ਮੈਰਿਜ ਕਰਕੇ ਬਿਜ਼ੀ ਹੋ. ਹਾਂਜੀ ਕੌਣ ਲਾਈਵ ਆਉਣਾ ਚਾਹੁੰਦਾ ਮੇਰੇ ਨਾਲ ਹੀ ਦੱਸੋ ਪਹਿਲਾਂ ਤਾਂ ਮੈਨੂੰ. ਆਈ ਬੈਗ, ਅੱਜ ਮੈਂ ਤੁਹਾਨੂੰ ਸਾਰਿਆਂ ਨੂੰ ਜਵਾਬ ਦਿੰਦੀ ਹਾਂ ਕਿਉਂਕਿ ਉਹ ਸਾਰਾ ਕੁਛ ਹੋ ਰਿਹਾ. ਹਾਂਜੀ ਵੈਲਕਮ ਸ਼ੀਨਾ ਜੀ. ਸੋ ਸਭ ਤੋਂ ਪਹਿਲਾਂ ਆਪਾਂ ਗੱਲ ਕਰਾਂਗੇ ਕਿ ਲੋਸ ਆਫ ਹੇਅਰ, ਸਾਡੇ ਵਾਲ ਥਿਨਿੰਗ, ਹੇਅਰ ਥਿਨਿੰਗ ਹੋਣੀ ਕਿਉਂ ਸ਼ੁਰੂ ਹੋ ਜਾਂਦੀ ਹੈ, ਸਾਨੂੰ ਬੋਲਡਨੈਸ ਕਿਉਂ ਆ ਜਾਂਦਾ ਹੈ, ਜਿਹਨੂੰ ਅਸੀਂ ਗੰਜਾਪਨ ਕਹਿੰਦੇ ਹਾਂ, ਜਾਂ ਫਿਰ ਐਲੋਪੇਸ਼ੀਆ ਕਹਿ ਲਓ, ਸਡਨ ਸਾਡਾ ਹੇਅਰ ਜਾਣੇ ਸ਼ੁਰੂ ਹੋ ਜਾਂਦੇ. ਮੋਸਟਲੀ ਕੀ ਹੁੰਦਾ, ਸਾਡੇ ਗੰਜ ਪੈਣੀ ਸ਼ੁਰੂ ਹੋ ਜਾਂਦੀ ਹੈ, ਰਾਈਟ, ਜਾਂ ਫਿਰ ਸਾਡੇ ਵਾਲ ਉੱਡਣੇ ਸ਼ੁਰੂ ਹੋ ਜਾਂਦੇ. ਇਹਦਾ ਕੀ ਕੌਜ਼ ਹੈ? ਸਾਡੀ ਬੋਡੀ ਦੇ ਵਿੱਚ ਡੀ ਐਚ ਟੀ ਬਹੁਤ ਜ਼ਿਆਦਾ ਇਨਕਰੀਜ਼ ਹੋ ਜਾਂਦਾ ਹੈ. ਡੀ ਐਚ ਟੀ ਇਜ਼ ਦਾ ਪਾਵਰਫੁਲ ਫਾਰਮ ਆਫ ਟੈਸਟੋਸਟਰੋਨ. ਜਦੋਂ ਵੀ ਕਿਸੇ ਕੁੜੀ ਦੇ ਅੰਦਰ, ਹਾਂਜੀ ਯੂਟਿਊਬ ਵਾਲੇ ਵੀ ਸੁਣ ਸਕਦੇ ਹੋ, ਅਚਾਨਕ ਗੰਜਾ ਪਣਾਉਣਾ ਸ਼ੁਰੂ ਹੋ ਜਾਏ, ਵਾਲ ਉੱਡਣੇ ਸ਼ੁਰੂ ਹੋ ਜਾਣ, ਗੰਜ ਪੈਣੀ ਸ਼ੁਰੂ ਹੋ ਜਾਏ, ਜਾਂ ਫਿਰ ਮੁੰਡਿਆਂ ਦੇ ਵਿੱਚ, ਕਿਸੇ ਦੇ ਵਿੱਚ ਵੀ, ਐਨੀਵਨ, ਉਹਨਾਂ ਦੇ ਵਿੱਚ ਡੀ ਟੀ ਐਚ ਦਾ ਲੈਵਲ ਬਹੁਤ ਜ਼ਿਆਦਾ ਇਨਕਰੀਜ਼ ਹੋ ਜਾਂਦਾ, ਟੈਸਟੋਸਟਰੋਨ ਦਾ ਲੈਵਲ ਬਹੁਤ ਜ਼ਿਆਦਾ ਹੋ ਜਾਂਦਾ, ਉਹਨੂੰ ਅਸੀਂ ਕਿਵੇਂ ਘੱਟ ਕਰ ਸਕਦੇ ਹਾਂ? ਬਿਲਕੁਲ ਕਰ ਸਕਦੇ ਹਾਂ. ਦੇਖੋ, ਜਾਂ ਤਾਂ ਤੁਸੀਂ ਐਂਟੀਬਾਇਓਟਿਕਸ ਲੈ ਲਓ, ਅਤੇ ਜਾਂ ਫਿਰ ਤੁਸੀਂ ਉਹ ਫੂਡ ਨੂੰ ਆਪਣੀ ਡਾਇਟ ਵਿੱਚ ਐਡ ਕਰੋ ਜਿਹਦੇ ਵਿੱਚ ਐਂਟੀ ਆਕਸੀਡੈਂਟ ਚੀਜ਼ਾਂ ਹੁੰਦੀਆਂ. ਉਹ ਹਰਬਸ ਐਡ ਕਰ ਸਕਦੇ ਹੋ, ਉਹ ਜੜੀਆਂ ਬੂਟੀਆਂ ਐਡ ਕਰ ਸਕਦੇ ਹੋ, ਜਿਵੇਂ ਕਿ ਕੱਦੂ,
ਜਿਹਨੂੰ ਅਸੀਂ ਪੰਪਕਿਨ ਕਹਿੰਦੇ ਹਾਂ ਯੂ ਕੈਨ ਐਡ ਪਲੀਜ਼ ਤੁਸੀਂ ਸਾਰੇ ਜਣੇ ਨਾਲ ਨਾਲ ਨੋਟ ਡਾਊਨ ਵੀ ਕਰ ਸਕਦੇ ਹੋ ਸਮ ਟਾਈਮ ਲਾਈਵ ਅੱਗੇ ਨਿਕਲ ਜਾਂਦਾ ਤੁਸੀਂ ਪਿੱਛੇ ਰਹਿ ਜਾਂਦੇ ਹੋ ਸੋ ਯੂ ਕੈਨ ਐਡ ਪੰਪਕਿਨ ਸੀਡਸ ਜਾਂ ਫਿਰ ਕੱਦੂ ਤੁਸੀਂ ਹਫ਼ਤੇ 'ਚ ਦੋ ਵਾਰੀ ਜਾਂ ਤਿੰਨ ਵਾਰੀ ਕੱਦੂ ਦੀ ਸਬਜ਼ੀ ਬਣਾਉਣੀ ਹੈ ਕੱਦੂ ਦੀ ਸਬਜ਼ੀ ਆਈ ਲਵ ਮੈਨੂੰ ਕੱਦੂ ਬਹੁਤ ਵਧੀਆ ਲੱਗਦਾ ਉਹਦੇ 'ਚ ਮੈਂ ਪਿਆਜ਼ ਟਮਾਟਰ ਲਸਣ ਅਦਰਕ ਧਨੀਆ ਕੜੀ ਪੱਤੇ ਜ਼ਰੂਰ ਯੂਜ਼ ਕਰਿਓ ਕਰੋ ਬਹੁਤ ਅੱਛੀ ਚੀਜ਼ ਹੈ ਕੜੀ ਪੱਤੇ ਨਾਲ ਸਾਡੀ ਸਕਿਨ ਅੱਛੀ ਰਹਿੰਦੀ ਹੈ ਸਾਡੀ ਬੋਡੀ ਅੱਛੀ ਰਹਿੰਦੀ ਹੈ ਸਾਡਾ ਹੇਅਰ ਦਾ ਟੈਕਸਚਰ ਬੜਾ ਅੱਛਾ ਰਹਿੰਦਾ ਐਡ ਪੰਪਕਿਨ ਸੀਡਸ ਇਨ ਯੋਰ ਡਾਇਟ ਤੁਸੀਂ ਕੀ ਕਰਨਾ ਤੁਸੀਂ ਇੱਕ ਰਾਤ ਪਹਿਲਾਂ ਇੱਕ ਗਲਾਸ ਪਾਣੀ ਵਿੱਚ ਇੱਕ ਸਪੂਨ ਪੰਪਕਿਨ ਸੀਡਸ ਪਾ ਲਓ ਉਹਨੂੰ ਸੋਕ ਕਰ ਦਿਓ ਨੈਕਸਟ ਡੇ ਮੋਰਨਿੰਗ ਤੁਸੀਂ ਖਾਲੀ ਪੇਟ ਉਹਨੂੰ ਐਮਪਟੀ ਸਟਮਕ ਤੁਸੀਂ ਫਰੈਸ਼ ਹੋਣ ਤੋਂ ਬਾਅਦ ਤੁਸੀਂ ਉਹਨੂੰ ਪੀਣਾ ਵੀ ਹੈ ਔਰ ਤੁਸੀਂ ਉਹ ਖਾ ਵੀ ਲੈਣੇ ਹੈ ਪੰਪਕਿਨ ਸੀਡ ਉਹਦੇ ਨਾਲ ਕੀ ਹੋਏਗਾ ਜਿਹੜਾ ਥੋੜ੍ਹਾ ਗੰਜਾਪਣ ਆਉਣਾ ਸ਼ੁਰੂ ਹੋ ਗਿਆ ਤੁਹਾਨੂੰ ਤੁਹਾਡੇ ਹਸਬੈਂਡ ਨੂੰ ਹੌਲੀ ਹੌਲੀ ਕਿਉਰ ਹੋਣਾ ਸ਼ੁਰੂ ਹੋ ਜਾਏਗਾ ਨਾਲ ਤੁਸੀਂ ਜ਼ਿੰਕ ਐਡ ਕਰਨਾ ਨਾਲ ਤੁਸੀਂ ਗ੍ਰੀਨ ਟੀ ਜ਼ਰੂਰ ਐਡ ਕਰਨੀ ਹੈ ਪਲੀਜ਼ ਜਿੰਨੇ ਵੀ ਜਣੇ ਚਾਹਵਾਂ ਪੀਂਦੇ ਆ ਤੁਸੀਂ ਚਾਹ ਨੂੰ ਇੱਕ ਵਾਰੀ ਗ੍ਰੀਨ ਟੀ ਦੇ ਨਾਲ ਰਿਪਲੇਸ ਕਰਕੇ ਦੇਖੋ ਮੋਰਨਿੰਗ ਆਫਟਰਨੂਨ ਈਵਨਿੰਗ ਐਨੀ ਟਾਈਮ ਗ੍ਰੀਨ ਟੀ ਦੇ ਵਿੱਚ ਐਸਾ ਮੈਜਿਕ ਹੈ ਕਿ ਤੁਹਾਡੀ ਸਕਿਨ ਵਧੀਆ ਕਰਦੀ ਹੈ ਜਿਹਨਾਂ ਨੂੰ ਬਹੁਤ ਜ਼ਿਆਦਾ ਸਟ੍ਰੈਸ ਹੁੰਦਾ ਸਟ੍ਰੈਸ ਦੂਰ ਹੁੰਦਾ ਨੀਂਦ ਨਹੀਂ ਆਉਂਦੀ ਨੀਂਦ ਅੱਛੀ ਆਉਣੀ ਸ਼ੁਰੂ ਹੋ ਜਾਂਦੀ ਹਾਂਜੀ ਓਪਨ ਫੋਰਸ ਲਈ ਵੀ ਆ ਰਹੀਆਂ ਜਾਂ ਤਾਂ ਪੰਪਕਿਨ ਦੀ ਸਬਜ਼ੀ ਬਣਾਓ ਜਾਂ ਫਿਰ ਤੁਸੀਂ ਪੰਪਕਿਨ ਸੀਡ ਐਡ ਕਰ ਸਕਦੇ ਹੋ ਤੇ ਜਾਂ ਫਿਰ ਤੁਸੀਂ ਗ੍ਰੀਨ ਟੀ ਐਡ ਕਰੋ ਇਹਦੇ ਨਾਲ ਜਿਹੜਾ ਡੀ ਐਚ ਟੀ ਦਾ ਲੈਵਲ ਉਹ ਘੱਟ ਹੋਣਾ ਸ਼ੁਰੂ ਹੋ ਜਾਏਗਾ ਤੁਹਾਨੂੰ ਰਿਜ਼ਲਟ ਦਿਖਣੇ ਸ਼ੁਰੂ ਹੋ ਜਾਣਗੇ ਬਟ ਇਹਦੇ ਨਾਲ ਹੋਰ ਵੀ ਬਹੁਤ ਸਾਰੀਆਂ ਚੀਜ਼ਾਂ ਐਡ ਕਰਨ ਦੀ ਲੋੜ ਹੁੰਦੀ ਹੈ ਸਤਿ ਸ਼੍ਰੀ ਅਕਾਲ ਕਿਰਨ ਜੀ ਹੋਪ ਯੂ ਆਰ ਗੁੱਡ ਆਪਾਂ ਅਗਲੇ ਹਫ਼ਤੇ ਗੱਲ ਕਰਦੇ ਹਾਂ ਜਲਦੀ ਸੋ ਨੈਕਸਟ ਹੈ ਲੋਸ ਆਫ ਆਈਬ੍ਰੋਜ ਕੋਈ ਹੈ ਜਿਹਦੇ ਆਈਬ੍ਰੋਜ ਦੇ ਵਾਲ ਉੱਡਣੇ ਸ਼ੁਰੂ ਹੋ ਗਏ ਹਾਂਜੀ ਮੈਂ ਲਾਈਵ ਚ ਲੈਵਾਂਗੀ ਪਿਗਮੈਂਟੇਸ਼ਨ ਇਸ ਤੋਂ ਬਾਅਦ ਹੈ ਥੋੜ੍ਹੀ ਦੇਰ ਬਾਅਦ ਹੈ ਫੇਸ਼ੀਅਲ ਏਅਰ ਸਭ ਤੋਂ ਲਾਸਟ ਹੈ ਕੋਈ ਹੈ ਜਿਹਦੇ ਆਈਬ੍ਰੋ ਵਿੱਚੋਂ ਵਾਲ ਉੱਡਣੇ ਸ਼ੁਰੂ ਹੋ ਗਏ ਹੈ ਮੀਨਸ ਉਹਨੂੰ ਹਾਈਪੋਥਾਇਰੋਇਡ ਹੈ ਹਾਈਪੋਥਾਇਰੋਇਡ ਇਸ਼ੂ ਹੈ ਉਹਦੇ ਨਾਲ ਸਲੋਅ ਹੈ ਜਿਹੜਾ ਹਾਈਪੋਥਾਇਰੋਇਡ ਹੈ ਸਾਡਾ ਮੈਟਾਬੋਲਿਜ਼ਮ ਨੂੰ ਸਲੋਅ ਕਰ ਦਿੰਦਾ ਹੈ ਉਹਦੇ ਨਾਲ ਤੁਹਾਨੂੰ ਲੋੜ ਹੈ ਆਇਓਡੀਨ ਨੂੰ ਐਡ ਕਰਨ ਦੀ ਆਪਣੀ ਡਾਇਟ ਦੇ ਵਿੱਚ ਬਲੱਡ ਸ਼ੋਰਟ ਆਈਜ਼ ਅਗਰ ਤੁਹਾਡੀਆਂ ਆਈਜ਼ ਬਹੁਤ ਜ਼ਿਆਦਾ ਲਾਲ ਹੋ ਜਾਂਦੀਆਂ ਤੁਸੀਂ ਦੇਖਿਆ ਕਰੋ ਤੁਹਾਡੀ ਜਾਂ ਤੁਹਾਡੇ ਪਾਰਟਨਰ ਦੀ ਜਾਂ ਤੁਹਾਡੇ ਕਿਸੇ ਦੀ ਵੀ ਫੈਮਿਲੀ ਦੇ ਵਿੱਚ ਅਗਰ ਰੈੱਡ ਅੱਖਾਂ ਰਹਿੰਦੀਆਂ ਲਾਲ ਅੱਖਾਂ ਹੁੰਦੀਆਂ ਨਾ ਇੱਦਾਂ ਜਿੱਦਾਂ ਹੁਣ ਦੇਖੋ ਮੇਰੀਆਂ ਵਾਈਟ ਹੈ ਇੱਥੇ ਇਹਦੇ ਵਿੱਚ ਜਿਹੜੀਆਂ ਨਸਾਂ ਹੁੰਦੀਆਂ ਉਹ ਰੈੱਡ ਰੈੱਡ ਹੋਣੀਆਂ ਸ਼ੁਰੂ ਹੋ ਜਾਂਦੀਆਂ ਰੈੱਡ ਆਈਜ਼ ਜਿਹੜੀਆਂ ਅਗਰ ਉਹ ਹੁੰਦੀਆਂ ਇਹਦਾ ਮਤਲਬ ਤੁਹਾਡੇ ਲੀਵਰ ਦੇ ਵਿੱਚ ਪ੍ਰੋਬਲਮ ਹੈ ਆਈਜ਼ ਮੀਨਸ ਸਟ੍ਰੈਸ ਇਨ ਦਾ ਲੀਵਰ ਬਲੱਡ ਸ਼ੂਗਰ ਲੈਵਲ ਬਹੁਤ ਜ਼ਿਆਦਾ ਇਨਕਰੀਜ਼ ਹੁੰਦਾ ਉਹਨਾਂ ਬੰਦਿਆਂ ਦਾ ਬਹੁਤ ਜ਼ਿਆਦਾ ਕਾਰਬਸ ਲੈ ਰਹੇ ਹੋ ਪਲੀਜ਼ ਕਾਰਬਸ ਨੂੰ ਫੈਟ ਨੂੰ ਆਪਣੀ ਡਾਇਟ ਵਿੱਚ ਘਟਾਉਣਾ ਸ਼ੁਰੂ ਕਰ ਦਿਓ ਸਿੱਧਾ ਇਹਦਾ ਅਸਰ ਪੈਂਦਾ ਹੈ ਲੀਵਰ ਦੇ ਵਿੱਚ ਅਗਰ ਕਿਸੇ ਬੰਦਾ ਲੀਵਰ ਖਰਾਬ ਹੋ ਜਾਂਦਾ ਤਾਂ ਬੜਾ ਮੁਸ਼ਕਿਲ ਹੋ ਜਾਂਦਾ ਯਾਰ ਉਹਨੂੰ ਠੀਕ ਕਰਨਾ ਪਲੀਜ਼ ਆਪਣਾ ਧਿਆਨ ਰੱਖਿਆ ਕਰੋ ਨੈਕਸਟ ਇਜ਼ ਡਾਰਕ ਸਰਕਲਸ ਬਹੁਤ ਹਰ ਵਾਰੀ ਲਾਈਫ ਦੇ ਵਿੱਚ ਤੁਸੀਂ ਮੈਨੂੰ ਪੁੱਛਦੇ ਦੀ ਡਾਰਕ ਸਰਕਲ ਬਾਰੇ ਦੱਸੋ ਡਾਰਕ ਸਰਕਲ ਬਾਰੇ ਦੱਸੋ ਡਾਰਕ ਸਰਕਲ ਕੀ ਹੁੰਦੇ ਆ ਪਿਗਮੈਂਟ ਪ੍ਰੋਬਲਮ ਹੁੰਦੀ ਹੈ ਬਾਡੀ ਤੇ ਕਈ ਜਗ੍ਹਾ ਤੇ ਹੋ ਜਾਂਦੀ ਹੈ ਜਿੱਦਾਂ ਕਿ ਅੰਡਰ ਆਰਮਸ ਹੈ ਇੱਥੇ ਕਾਲਾਪਣ ਆਉਣਾ ਸ਼ੁਰੂ ਹੋ ਜਾਂਦਾ ਨੈਕ ਦੇ ਵਿੱਚ ਜਿਹੜਾ ਬੈਕ ਹਿੱਸਾ ਹੁੰਦਾ ਨੈਕ ਦਾ ਇੱਥੇ ਕਾਲਾਪਣ ਆਉਣਾ ਸ਼ੁਰੂ ਹੋ ਜਾਂਦਾ ਬਹੁਤ ਜ਼ਿਆਦਾ ਸਾਡੇ ਬਾਡੀ ਦੇ ਪਾਰਟਸ ਇੱਥੇ ਡਾਰਕਨਿੰਗ ਸਕਿਨ ਡਾਰਕਨਿੰਗ ਹੋਣੀ ਸ਼ੁਰੂ ਹੋ ਜਾਂਦੀ ਹੈ ਅੰਡਰ ਆਰਮਸ ਹੋ ਗਿਆ ਨੈਕ ਹੋ ਗਿਆ ਹਾਈ ਲੈਵਲ ਆਫ ਇਨਸੁਲਿਨ ਇਫੈਕਟਿੰਗ ਮੈਲਾਨਿਨ ਇਨ ਦਾ ਬਾਡੀ ਮੈਲਾਨਿਨ ਇਨਕਰੀਜ਼ ਹੋਣਾ ਸ਼ੁਰੂ ਹੋ ਜਾਂਦਾ ਵੀਕ ਵਿੱਚ ਤੁਸੀਂ ਕੀ ਕਰਨਾ ਮੈਂ ਤੁਹਾਨੂੰ ਦੱਸਦੀ ਹਾਂ ਅਗਰ ਤੁਹਾਡੀ ਬਾਡੀ ਦੇ ਕਿਸੇ ਪਾਰਟ ਤੇ ਕਾਲਾਪਣ ਆਉਣਾ ਸ਼ੁਰੂ ਹੋ ਗਿਆ ਬਲੈਕ ਹੋਣਾ ਸ਼ੁਰੂ ਹੋ ਗਿਆ ਦੈਟ ਮੀਨਸ ਮੈਲਾਸਮਾ ਪਿਗਮੈਂਟ ਉਹਨਾਂ ਦਾ ਵਧਣਾ ਸ਼ੁਰੂ ਹੋ ਗਿਆ ਤੁਸੀਂ ਨਾ ਇੱਕ ਤਾਂ ਮਿਰਚਾਂ ਖਾਣੀਆਂ ਬੰਦ ਕਰ ਦਿਓ ਸਪਾਈਸੀ ਫੂਡ ਲੈਣੇ ਬੰਦ ਕਰ ਦਿਓ ਮਿੱਠਾ ਕੱਟ ਡਾਊਨ ਕਰ ਦਿਓ ਸੈਕਿੰਡ ਹਾਂਜੀ ਸਟ੍ਰੈਸ ਨਾਲ ਵੀ ਲੀਵਰ ਪ੍ਰੋਬਲਮ ਹੁੰਦੀ ਹੈ ਥੈਂਕ ਯੂ ਸੋ ਮਚ ਜੀ ਮਿੱਠਾ ਘਟਾ ਦਿਓ ਮਿਰਚਾਂ ਘਟਾ ਦਿਓ ਔਰ ਹਫ਼ਤੇ 'ਚ ਇੱਕ ਦਿਨ ਪਲੀਜ਼ ਫਾਸਟਿੰਗ ਕਰਿਆ ਕਰੋ ਫਾਸਟਿੰਗ ਇਜ਼ ਰੀਅਲੀ ਰੀਅਲੀ ਗੁੱਡ ਫਾਸਟਿੰਗ ਦੇ ਨਾਲ ਕੀ ਹੁੰਦਾ ਸਾਡੀ ਇੰਟਾਇਰ ਬਾਡੀ ਕਲੀਨ ਹੋ ਜਾਂਦੀ ਹੈ ਜੇ ਤੁਸੀਂ ਮੈਨੂੰ ਪੁੱਛੋ ਤਾਂ ਮੈਂ ਥੋੜ੍ਹਾ ਜਿਹਾ ਲਾਈਫ ਸਟਾਈਲ ਚੇਂਜ ਕੀਤਾ ਤਾਂ ਹੀ ਮੈਂ 15 ਦਿਨਾਂ ਦੇ ਅੰਦਰ ਟੱਚ ਹੋਰ ਜਿਹੜੀਆਂ ਮੇਰੀਆਂ ਰਿਪੋਰਟਸ ਆਈਆਂ ਸੀ ਉਹਨਾਂ ਨੂੰ ਮੈਂ ਓਪੋਜ਼ਿਟ ਕਰ ਦਿੱਤਾ ਜਸਟ ਵਿਦ ਇਨ 15 ਡੇਜ਼ ਕਿਉਂਕਿ ਡਾਇਟ ਲਾਈਫ ਸਟਾਈਲ ਫੂਡ ਹੈਬਿਟਸ 'ਚ ਇੰਨੀ ਕੁ ਤਾਕਤ ਹੈ ਕਿ ਅਸੀਂ ਕੁਛ ਵੀ ਰਿਵਰਸ ਕਰ ਸਕਦੇ ਹਾਂ ਫਾਸਟਿੰਗ ਜ਼ਰੂਰ ਕਰਿਆ ਕਰੋ ਇਹਦੇ ਨਾਲ ਕੀ ਹੁੰਦਾ ਜਿਹੜਾ ਸਾਡੀ ਸ਼ੂਗਰ ਲੈਵਲ ਹੈ ਉਹ ਨੀਚੇ ਆ ਜਾਂਦੇ ਹੈ ਅਤੇ ਜਿਹੜੀ ਸਾਡਾ ਪਿਗਮੈਂਟ ਹੈ ਇਨਸੁਲਿਨ ਘੱਟ ਹੁੰਦੀ ਹੈ ਪਿਗਮੈਂਟ ਘੱਟ ਹੁੰਦਾ ਸਾਡੇ ਜਿਹੜਾ ਪਿਗਮੈਂਟ ਹੈ ਮੰਨ ਲਓ ਅੰਡਰਆਰਮਸ ਹੈ ਜਾਂ ਫਿਰ ਨੈਕ ਏਰੀਆ ਠੀਕ ਹੋਣੀਆਂ ਸ਼ੁਰੂ ਹੋ ਜਾਂਦੀਆਂ ਤੁਸੀਂ ਉੱਥੇ ਨਿੰਬੂ ਐਂਡ ਸ਼ੂਗਰ ਯੂਜ਼ ਕਰ ਸਕਦੇ ਹੋ ਐਡ ਗ੍ਰੀਨ ਜੂਸ ਇਨ ਯੋਰ ਡਾਇਟ ਖੀਰਾ ਲੈ ਲਓ ਗਾਜਰ ਲੈ ਲਓ ਔਰੇਂਜ ਲੈ ਲਓ ਅਦਰਕ ਲੈ ਲਓ ਪੁਦੀਨਾ ਲੈ ਲਓ ਪਲੀਜ਼ ਇਹਨੂੰ ਤੁਸੀਂ
ਨਿਰਨੇ ਕਾਲਜੇ ਕਹਿੰਦੇ ਆ ਜਾਂ ਆਪਾਂ ਐਮਪਟੀ ਸਟਮਕ ਕਹਿੰਦੇ ਆ, ਐਡ ਦਿਸ ਜੂਸ ਐਵਰੀ ਡੇ ਐਵਰੀ ਡੇ। ਮੈਂ ਸਵੇਰੇ ਆਫਟਰ ਜਿਮ ਮੈਂ ਪ੍ਰੋਟੀਨ ਵੀ ਲੈਂਦੀ ਹਾਂ, ਉਸ ਤੋਂ ਬਾਅਦ ਇਨ ਬਿਟਵੀਨ ਮੈਂ ਗ੍ਰੀਨ ਜੂਸ ਤਾਂ ਰੋਜ਼ ਪੀਣਾ ਹੀ ਪੀਣਾ। ਗ੍ਰੀਨ ਜੂਸ ਨੂੰ ਅੱਜ ਕੱਲ੍ਹ ਮੈਂ ਚੁਕੰਦਰ ਪਾ ਲੈਂਦੀ ਹਾਂ ਐਂਡ ਉਹਨੂੰ ਮੈਂ ਰੈੱਡ ਜੂਸ ਬਣਾ ਕੇ ਪੀਂਦੀ ਹਾਂ, ਸੋ ਦੈਟ ਮੇਰੀਆਂ ਚੀਕਸ ਨੈਚੁਰਲੀ ਰੈੱਡ ਹੋ ਜਾਣ। ਦੈਨ ਆਈ ਬੈਗਸ, ਆਈ ਬੈਗਸ ਕੀ ਹੁੰਦੇ ਆ? ਬਲੱਡ ਸ਼ੂਗਰ ਔਰ ਕਿਡਨੀ ਪ੍ਰੋਬਲਮ। ਕਿਡਨੀ ਨੂੰ ਅਗਰ ਜ਼ਿਆਦਾ ਕਾਰਬਸ ਜਾਂ ਸ਼ੂਗਰ ਦਿੰਦੇ ਹਾਂ ਤਾਂ ਜਲਦੀ ਖਰਾਬ ਹੋਣੀ ਸ਼ੁਰੂ ਹੋ ਜਾਂਦੀ ਹੈ। ਅਗਰ ਕਿਡਨੀ ਵਿੱਚ ਜ਼ਿਆਦਾ ਫਲਿਊਡ ਭਰ ਜਾਏ ਤਾਂ ਸਾਡੇ ਆਈ ਬੈਗਸ ਬਣ ਜਾਂਦੇ, ਅੱਖਾਂ ਦੇ ਨੀਚੇ ਆਈ ਬੈਗਸ ਆਉਣੇ ਸ਼ੁਰੂ ਹੋ ਜਾਂਦੇ। ਅਫਕੋਰਸ ਇਹ ਵੀ ਹੁੰਦਾ ਕਿ ਰਾਤੀ ਸੋਣਾ ਨਹੀਂ, ਸਟ੍ਰੈਸ ਲੈਣਾ, ਕੰਪਿਊਟਰ ਦੇ ਮੋਹਰੇ ਬੈਠੇ ਰਹਿਣਾ। ਫਾਸਟਿੰਗ ਹਾਊ ਟੂ ਡੂ ਫਾਸਟਿੰਗ, ਤੁਸੀਂ ਹਫ਼ਤੇ 'ਚ ਇੱਕ ਦਿਨ ਮਸਾਲੇ ਨਹੀਂ ਖਾਣੇ, ਰੋਟੀ ਨਹੀਂ ਖਾਣੀ, ਤੁਸੀਂ ਫਰੂਟਸ ਲੈ ਸਕਦੇ ਹੋ ਐਂਡ ਸਾਰਾ ਦਿਨ ਭੁੱਖੇ ਰਹੋ। ਇਵਨਿੰਗ ਦੇ ਵਿੱਚ ਆਫਟਰਨੂਨ 'ਚ ਫਰੂਟ ਲੈ ਲਓ, ਨਮਕ ਅਵੋਇਡ ਕਰੋ ਉਸ ਦਿਨ, ਥੋੜ੍ਹਾ ਸ਼ੂਗਰ ਅਵੋਇਡ ਕਰੋ, ਇਹਨੂੰ ਫਾਸਟਿੰਗ ਕਹਿੰਦੇ ਆ। ਜੇ ਸਾਰਾ ਦਿਨ ਭੁੱਖੇ ਵੀ ਰਹਿ ਸਕਦੇ ਹਾਂ ਪਰ ਸਟ੍ਰੈਸ ਰਹਿੰਦੀ ਹੈ, ਡੋਂਟ ਵਰੀ, ਆਪਾਂ ਸਟ੍ਰੈਸ ਨੂੰ ਬਿਲਕੁਲ ਜੜ੍ਹ ਤੋਂ ਖਤਮ ਕਰ ਸਕਦੇ ਹਾਂ। ਯਾਰ ਮੇਰੀ ਗੱਲ ਸੁਣੋ, ਕਿਉਂ ਸਟ੍ਰੈਸ ਲੈਂਦੇ ਹੋ, ਕਿਸ ਚੀਜ਼ ਦਾ ਸਟ੍ਰੈਸ ਲੈਂਦੇ ਹੋ? ਕੁਛ ਹੈਗਾ ਸਾਡੇ ਕੋਲ ਜਿਹੜਾ ਸੀ ਨਾਲ ਵਾਪਸ ਲੈ ਕੇ ਜਾਣਾ ਰੱਬ ਦੇ ਘਰੇ, ਸਿਵਾਏ ਨਾਮ ਸਿਮਰਨ ਤੋਂ ਕੁਛ ਨਹੀਂ ਨਾਲ ਜਾਣਾ, ਕੁਛ ਨਹੀਂ ਨਾਲ ਜਾਣਾ। ਕਦੀ ਇਹਦੇ ਨਾਲ ਪਿਆਰ ਪਾਇਆ ਜਾਂਦਾ, ਕਦੀ ਉਹ ਚੀਜ਼ ਨਾਲ ਪਿਆਰ, ਕਦੀ ਇਹ ਚੀਜ਼ ਨਾਲ ਪਿਆਰ, ਮੈਟੀਰੀਅਲਿਸਟਿਕ ਚੀਜ਼ਾਂ ਦੇ ਨਾਲ ਸਾਨੂੰ ਪਿਆਰ ਪੈ ਜਾਂਦਾ। ਹਰ ਚੀਜ਼ ਦਾ ਧਿਆਨ ਰੱਖਦੇ ਹਾਂ, ਘਰ ਦੀ ਸਫਾਈ ਕਰਦੇ ਹਾਂ, ਡਸਟਿੰਗ ਹੋ ਗਈ ਹੈ, ਗੰਦ ਪੈ ਗਿਆ, ਬੈਡਰੂਮ 'ਚ ਗੰਦ ਪੈ ਗਿਆ, ਡਰਾਇੰਗ ਰੂਮ 'ਚ ਗੰਦ ਪੈ ਗਿਆ, ਕਿਚਨ ਦੇ ਵਿੱਚ ਗੰਦ ਪੈ ਗਿਆ, ਬਾਥਰੂਮ ਦੇ ਵਿੱਚ ਗੰਦ ਪੈ ਗਿਆ, ਇਹ ਗੰਦ ਹੈ, ਉਹ ਗੰਦ ਹੈ। ਪਰ ਜਿਹੜੀ ਸਾਡੀ ਬੋਡੀ, ਲੱਖਾਂ ਕਰੋੜਾਂ ਅਰਬਾਂ ਦਾ ਸਾਡਾ ਸਰੀਰ ਹੈ, ਇਹਦੇ ਵਿੱਚ ਜਿਹੜਾ ਇੰਨਾ ਗੰਦ ਪੈ ਚੁੱਕਾ ਹੈ, ਅਸੀਂ ਇਹਨੂੰ ਨਹੀਂ ਕਲੀਨ ਕਰਦੇ, ਅਸੀਂ ਇਹਦਾ ਨਹੀਂ ਧਿਆਨ ਰੱਖਦੇ ਕਿ ਯਾਰ ਸਾਡੀ ਬੋਡੀ ਖਰਾਬ ਹੋ ਰਹੀ ਹੈ। ਬਟ ਅਸੀਂ ਹਰ ਚੀਜ਼ ਦਾ ਧਿਆਨ ਰੱਖਦੇ ਹਾਂ। ਠੰਡੀ 'ਚ ਸਿਰ ਦੁੱਖਦਾ, ਇੱਕ ਮਿੰਟ, ਯੂਟਿਊਬ ਵਾਲੇ ਵੀ ਹੇਅਰ ਲੋਸ ਪਲੀਜ਼ ਕਿਆ ਡਾਇਟ ਲਈ, ਹੇਅਰ ਲੋਸ ਕੇ ਲਈ ਮੈਂ ਡੀਅਰ ਮੈਨੇ ਅਭੀ ਬਤਾਇਆ ਹੈ, ਗ੍ਰੀਨ ਟੀ ਐਡ ਕਰੋ ਆਪਣੀ ਡਾਇਟ ਮੇ ਔਰ ਜਿੰਜਰ ਐਡ ਕਰ ਸਕਦੇ ਹੋ, ਪਲੀਜ਼ ਇਨ ਚੀਜ਼ੋਂ ਕੋ ਆਪਣੀ ਡਾਇਟ ਮੇ ਐਡ ਕਰੋ ਔਰ ਆਪ ਦੇਖੋਗੇ ਕਿ ਆਪਕੋ ਰਿਜ਼ਲਟ ਦਿਖਨੇ ਸ਼ੁਰੂ ਹੋ ਗਏ, ਡੀ ਐਚ ਟੀ ਲੈਵਲ ਕੋ ਕਮ ਕਰਨਾ ਸ਼ੁਰੂ ਕਰ ਸਕਦੇ ਹੋ। ਔਰ ਨੈਕਸਟ ਕੀ ਸੀਗਾ ਸਾਡਾ, ਡਾਰਕ ਸਰਕਲ ਤੋਂ ਬਾਅਦ ਯੈਸ ਆਈ ਬੈਗਸ, ਇਹਨੂੰ ਤੁਸੀਂ ਪੰਪਕਿਨ ਸੀਡ ਐਡ ਕਰ ਸਕਦੇ, ਪੰਪਕਿਨ ਐਡ ਕਰ ਸਕਦੇ, ਓਇਲੀ ਸਕਿਨ ਔਨ ਹੈਡ। ਕਈ ਵਾਰੀ ਅਸੀਂ ਕੀ ਹੁੰਦਾ, ਜਿੱਦਾਂ ਅੱਜ ਮੈਂ ਹੇਅਰ ਵਾਸ਼ ਕੀਤਾ, ਠੀਕ ਹੈ, ਅਗਲੇ ਦਿਨ ਮੇਰੀ ਜਿਹੜੀ ਸਕੈਲਪ ਹੈ ਓਇਲੀ ਹੋਣੀ ਸ਼ੁਰੂ ਹੋ ਜਾਂਦੀ, ਨੈਕਸਟ ਡੇ ਓਇਲੀ। ਸਾਡੀ ਜਿਹੜਾ ਸਪੇਸ਼ੀਅਸ ਗਲੈਂਡ ਹੈ ਨਾ, ਬਹੁਤ ਜ਼ਿਆਦਾ ਓਇਲ ਪ੍ਰੋਡਿਊਸ ਕਰਦਾ, ਰਾਈਟ? ਓਇਲ ਗਲੈਂਡ, ਸਪੇਸ਼ੀਅਮ ਗਲੈਂਡਸ ਆਰ ਪੰਪਿੰਗ ਆਊਟ ਟੂ ਮਚ ਓਇਲ, ਬਿਕਮਸ ਐਂਡ ਐਂਡਰੋਜਨ ਆਰ ਟੂ ਹਾਈ। ਇੱਥੋਂ ਪਤਾ ਚੱਲਦਾ ਹੈ ਇਫ ਯੂ ਆਰ ਮੇਲ ਔਰ ਫੀਮੇਲ, ਤੁਹਾਡਾ ਐਂਡਰੋਜਨ ਬਹੁਤ ਜ਼ਿਆਦਾ ਹਾਈ ਚੱਲ ਰਿਹਾ ਹੈ। ਜਦੋਂ ਕਿਸੇ ਵੀ ਕੁੜੀ ਦਾ ਜਾਂ ਕਿਸੇ, ਆਪਾਂ ਕੁੜੀਆਂ ਦੀ ਅਗਰ ਗੱਲ ਕਰੀਏ, ਮੁੰਡਿਆਂ ਦੇ ਵਿੱਚ ਤਾਂ ਚਲੋ ਐਂਡਰੋਜਨ ਹਾਰਮੋਨ ਹੁੰਦਾ ਹੀ ਹੁੰਦਾ, ਅਗਰ ਕਿਸੇ ਵੀ ਕੁੜੀ ਦਾ ਐਂਡਰੋਜਨ ਲੈਵਲ ਬਹੁਤ ਜ਼ਿਆਦਾ ਹੁੰਦਾ ਨਾ, ਕਿੱਥੋਂ ਪਤਾ ਚੱਲਦਾ? ਮੈਂ ਤੁਹਾਨੂੰ ਦੱਸਦੀ ਹਾਂ, ਤੁਸੀਂ ਹੁਣੇ ਦੱਸ ਸਕਦੇ ਹੋ ਵੀ ਤੁਹਾਡਾ ਐਂਡਰੋਜਨ, ਟੈਸਟ ਕਰੀਏ, ਚਲੋ ਆਓ, ਐਂਡਰੋਜਨ ਕਿਹਦਾ ਕਿਹਦਾ ਹਾਈ, ਐਂਡਰੋਜਨ ਕਿਸ ਕਿਸ ਫੀਮੇਲ ਦੇ ਅੰਦਰ, ਤੁਸੀਂ ਸਿਰਫ ਇੱਦਾਂ ਕਰਨਾ, ਹੱਥ ਖੜਾ ਕਰਨਾ, ਕਿਸ ਕਿਸ ਫੀਮੇਲ ਦੇ ਅੰਦਰ, ਮੈਂ ਹੁਣੇ ਲਾਈਵ 'ਚ ਟੈਸਟ ਕਰਦੀ ਹਾਂ ਤੁਹਾਡਾ ਸਾਰਿਆਂ ਦਾ, ਬਿਨਾਂ ਬਲੱਡ ਟੈਸਟ ਲਿੱਤੇ, ਬਿਨਾਂ ਤੁਹਾਡੇ ਤੋਂ ਲਿੱਤੇ, ਫ੍ਰੀ ਟੈਸਟ ਕਰਦੀ ਹਾਂ, ਚਲੋ ਤੁਹਾਡਾ ਸਾਰਿਆਂ ਦਾ ਐਂਡਰੋਜਨ ਲੈਵਲ ਕਿਹਦਾ ਕਿਹਦਾ ਹਾਈ ਹੈ, ਮੈਂ ਹੁਣੇ ਤੁਹਾਡਾ ਟੈਸਟ ਕਰਦੀ ਹਾਂ, ਹੱਥ ਖੜਾ ਕਰਨਾ। ਅਗਰ ਤੁਹਾਨੂੰ ਔਰ PCOS ਫੇਸ਼ੀਅਲ ਹੇਅਰ ਹੈ, ਐਕਨੇ ਹੋ ਰਹੇ ਹੈ, ਕਿਹਨੂੰ ਕਿਹਨੂੰ ਫੇਸ਼ੀਅਲ ਹੇਅਰ ਹੋ ਰਹੇ ਹੈ, ਇੱਥੇ 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 ਕਿਤੇ ਵੀ ਫੇਸ਼ੀਅਲ ਹੇਅਰ ਜਾਂ ਐਕਨੇ ਹੋ ਰਹੇ ਹੈ, ਮੈਂ ਹੁਣੇ ਦੱਸ ਦਿੰਦੀ ਹਾਂ ਕਿ ਤੁਹਾਡਾ ਐਂਡਰੋਜਨ ਲੈਵਲ ਹਾਈ ਹੈ ਜਾਂ ਨਹੀਂ ਹੈ। ਟੈਸਟ ਕਰਾ ਕੇ ਦੇਖ ਲਿਓ, ਬਿਲਕੁਲ ਇੱਦਾਂ ਆਏਗਾ। ਕਿਹਨੂੰ ਕਿਹਨੂੰ ਫੇਸ਼ੀਅਲ ਹੇਅਰ ਔਰ ਐਕਨੇ ਦੀ ਪ੍ਰੋਬਲਮ ਹੈ? ਚਹਿਲ ਗੋਇਲ ਨੂੰ ਹੈ, ਯੂਟਿਊਬ ਵਾਲੇ ਵੀ ਦੱਸ ਸਕਦੇ ਆ। B12 ਐਡ ਕਰੋ ਸੁੱਖ ਤੁਸੀਂ ਆਪਣੀ ਡਾਇਟ ਵਿੱਚ, ਅਗਰ ਤੁਹਾਡੇ ਵਾਈਟ ਹੇਅਰ ਹੋ ਰਿਹਾ ਹੈ। ਅਗਰ ਕਿਸੇ ਨੂੰ ਫੇਸ਼ੀਅਲ ਹੇਅਰ ਜਾਂ ਫਿਰ ਐਕਨੇਪ ਹੋ ਰਿਹਾ ਤਾਂ ਉਹਨਾਂ ਨੂੰ 100% PCOS ਦੀ ਪ੍ਰੋਬਲਮ ਹੈ, ਉਹਨਾਂ ਦੀ ਬੋਡੀ ਵਿੱਚ ਐਂਡਰੋਜਨ ਲੈਵਲ ਇੱਥੇ ਚਲਾ ਗਿਆ, ਇੱਥੇ ਹੋਣਾ ਚਾਹੀਦਾ, ਇੱਥੇ ਚਲਾ ਗਿਆ, ਐਸਟ੍ਰੋਜਨ ਇੱਥੇ, ਐਂਟਰੋਜਨ ਇੱਥੇ, ਇਹ ਹੈ ਕੁੜੀਆਂ ਦਾ ਹੋਮ, ਆਹ ਕੁੜੀ, ਆਹ ਬੋਇਜ਼ ਹੈ, ਆਹ ਗਰਲਸ ਹੈ, ਪਿੰਕ ਰੈਡ, ਠੀਕ ਹੈ, ਆਹ ਬੋਇਜ਼ ਹੈ, ਬੋਇਜ਼ ਦਾ ਇਹ ਹਾਰਮੋਨ ਹੁੰਦਾ ਐਂਡਰੋਜਨ, ਇਹ ਕੁੜੀਆਂ ਦਾ ਹਾਰਮੋਨ ਹੈ ਐਸਟ੍ਰੋਜਨ, ਜਿਹੜਾ ਸਾਨੂੰ ਨਾਜ਼ੁਕ, ਸੋਫਟ, ਪਿਆਰਾ, ਕਿਊਟ, ਸੋਫਟ ਫੇਸ, ਸੋਫਟ ਬੋਡੀ, ਸਭ ਕੁਛ ਸੋਹਣਾ, ਹੇਅਰ ਟੈਕਸਚਰ ਅੱਛਾ, ਰੈਗੂਲਰ ਪੀਰੀਅਡਸ, ਫਿਟ ਬੋਡੀ, ਕੁੜੀਆਂ ਵਰਗੀ ਸ਼ੇਪ, ਇਹ ਹਾਰਮੋਨ ਦਿੰਦਾ, ਇਹ ਬੋਇਜ਼ ਦਾ ਹਾਰਮੋਨ ਹੈ ਐਂਡਰੋਜਨ, ਇਹ ਐਸਟ੍ਰੋਜਨ। ਹੁਣ ਇਹ ਤੁਹਾਡਾ ਹਾਰਮੋਨ ਇੰਨਾ ਉੱਪਰ ਜਾ ਚੁੱਕਿਆ ਅਤੇ ਇਹ ਜਿਹੜਾ ਹਾਰਮੋਨ ਹੈ ਇੱਥੇ ਖੜਾ, ਗੁਰੀ ਸਿੱਧੂ ਨੂੰ ਹੈ, ਪ੍ਰੇਰਨਾ ਨੂੰ ਹੈ, ਪ੍ਰੇ ਕੌਰ ਨੂੰ ਹੈ,
facial hair and acne kinno kinno hai bas ohna ne apna hath khada karna hai youtube wale bhi khada kar sakde ho apna hath hai acne pimple hai abhi sirf acne aur facial hair kisko kisko hai acne bhi hai prerna definitely apna test karwa lena androgen aapka zyada hoga free of test chal raha hai instagram pe gurman toda dekh lo toda on level sare barabar karne only facial hair definitely aapka androgen upar hai deep gill tonu ki ho gaya deep ji androgen upar kar liya tusi period ta regular hai but facial hair hai acne hk barad aapka bhi jasreen ji diet nu continue karo achhi diet karo agle hafte mein na gal karo ek bari facial hair mere forehead te chote chote dane hoye hai nahi acne bade bade ho jande hai dear period irregular hai thoda ja koi nahi deep ji tusi mene gal karo apna ਰਿਵਰਸ ਕਰ ਲਾਂਗੇ ਐਕਨੇ ਫੇਸ਼ੀਅਲ ਹੈ ਤੁਹਾਨੂੰ ਸਾਰਿਆਂ ਨੂੰ ਪੀਸੀਓਐਸ ਦੀ ਪ੍ਰੋਬਲਮ ਹੈ ਐਂਡ ਐਂਡਰੋਜਨ ਲੈਵਲ ਤੁਹਾਡਾ ਬਹੁਤ ਜ਼ਿਆਦਾ ਉੱਪਰ ਹੈ ਐਂਡਰੋਜਨ ਨੂੰ ਨੀਚੇ ਲੈ ਕੇ ਆਉਣਾ ਹੈ ਐਸਟ੍ਰੋਜਨ ਕੁੜੀਆਂ ਦੇ ਅੰਦਰ ਸਹੀ ਹੋਣਾ ਚਾਹੀਦਾ ਹੈ ਅਗਰ ਕਿਸੇ ਫੀਮੇਲ ਦਾ ਐਂਡਰੋਜਨ ਬਹੁਤ ਜ਼ਿਆਦਾ ਹੋ ਜਾਏ ਤਾਂ ਉਹਨੂੰ ਪੀਸੀਓਐਸ ਹੋ ਜਾਂਦਾ ਹੈ ਫੇਸ਼ੀਅਲ ਹੇਅਰ ਐਕਨੇ ਹਾਈ ਲੈਵਲ ਆਫ ਐਂਡਰੋਜਨ ਇਨਸੂਲਿਨ ਐਂਡਰੋਜਨ ਦਾ ਹਾਈ ਹੋਣ ਦਾ ਮਤਲਬ ਹੈ ਇਨਸੂਲਿਨ ਲੈਵਲ ਤੁਹਾਡਾ ਬਹੁਤ ਜ਼ਿਆਦਾ ਹੈ ਪੈਰੀਫੇਰਲ ਨਿਊਰੋਪੈਥੀ ਹੋ ਜਾਂਦੀ ਹੈ ਸੁੱਤੇ ਪਏ ਹੱਥ ਪੈਰ ਸੋਹਣੇ ਸ਼ੁਰੂ ਹੋ ਜਾਂਦੇ ਹੈ ਝੁੰਝਣਾਹਟ ਹੁੰਦੀ ਹੈ ਸੁੱਤੇ ਪਏ ਨਾ ਜਦੋਂ ਹੁਣ ਆਪਾਂ ਸੁੱਤੇ ਹੋਏ ਹਾਂ ਕਦੀ ਕਦੀ ਬੰਬ ਅਸੀਂ ਏਦਾਂ ਕਰਦੇ ਹਾਂ ਝਟਕਾਉਂਦੇ ਨਾ ਸਾਨੂੰ ਕਈ ਵਾਰੀ ਜਾਂ ਪੈਰਾਂ 'ਚ ਜਿੱਦਾਂ ਏਦਾਂ ਲੱਗਦਾ ਜਿੱਦਾਂ ਜਾਨ ਨਿਕਲ ਰਹੀ ਹੈ ਜਾਂ ਫਿਰ ਸਾਡੇ ਹੱਥ ਪੈਰ ਇੱਕਦਮ ਟਿੰਗਲਿੰਗ ਹੁੰਦੀ ਆ ਫਿਰ ਸੁੰਨ ਹੋ ਜਾਂਦੇ ਆ ਕੀੜੀਆਂ ਲੜਦੀਆਂ ਸੁੰਨ ਹੀ ਹੋ ਜਾਂਦਾ ਹੱਥ ਹੀ ਨਹੀਂ ਚੱਕਿਆ ਜਾਂਦਾ ਇਹ ਵੀ ਨਿਸ਼ਾਨੀ ਹੈ ਹੁੰਦਾ ਹੋਏਗਾ ਏਦਾਂ ਲੱਗਦਾ ਪੂਰੇ ਸਰੀਰ 'ਚੋਂ ਪੂਰੀ ਜਾਨ ਨਿਕਲਦੀ ਪਈ ਪੈਰੀਫੇਰਲ ਨਿਊਰੋਪੈਥੀ ਹੈ ਨਮਨੈਸ ਹੋ ਜਾਂਦੀ ਹੈ ਹੈਂਡ ਵਿੱਚ ਫੀਟ ਵਿੱਚ ਇਹਦੇ ਵਿੱਚ ਤੁਸੀਂ B1 ਵਿਟਾਮਿਨ ਨੂੰ ਐਡ ਕਰਨਾ ਹੱਥ ਪੈਰ ਸੋ ਜਾਂਦੇ ਕੋਈ ਗੱਲ ਨਹੀਂ B1 ਡੈਫੀਸ਼ੀਐਂਸੀ ਹੈ ਤੁਹਾਨੂੰ ਜਿਨ੍ਹਾਂ ਦੇ ਵੀ ਹੱਥ ਪੈਰ ਸੋ ਜਾਂਦੇ ਹੈ ਰੈੱਡ ਚੀਕਸ ਅਗਰ ਤੁਹਾਡੇ ਵਿੱਚੋਂ ਕਿਸੇ ਦੀ ਰੈੱਡ ਚੀਕਸ ਹੈ ਜਿਵੇਂ ਆਪਣੇ ਲਾਲ ਬੜੀਆਂ ਸੁਰਖ ਗੱਲਾਂ ਹੋ ਜਾਂਦੀਆਂ ਜਿਹਨੂੰ ਅਸੀਂ ਰੋਸ਼ੀਆ ਦੀ ਪ੍ਰੋਬਲਮ ਕਹਿੰਦੇ ਹਾਂ ਐਗਜ਼ੀਮਾ ਅਲੱਗ ਹੁੰਦਾ ਰੋਸ਼ੀਆ ਅਲੱਗ ਹੁੰਦਾ ਰੋਸ਼ੀਆ ਦੀ ਅਗਰ ਤੁਹਾਨੂੰ ਪ੍ਰੋਬਲਮ ਹੁੰਦੀ ਹੈ ਕ੍ਰਸ਼ਿੰਗ ਸਿੰਡਰੋਮਸ ਹੁੰਦੇ ਆ ਹਾਈ ਲੈਵਲ ਆਫ ਕੋਰਟੀਸੋਲ ਸਟ੍ਰੈਸ ਲੈਵਲ ਕੋਰਟੀਸੋਲ ਸਟ੍ਰੈਸ ਲੈਵਲ ਦਾ ਜਦੋਂ ਹਾਈ ਲੈਵਲ ਹੋ ਜਾਂਦਾ ਹੈ ਉਦੋਂ ਰੋਸ਼ੀਆ ਦੀ ਪ੍ਰੋਬਲਮ ਹੁੰਦੀ ਹੈ ਐਂਟੀਬਾਇਟਿਕਸ ਡਾਕਟਰ ਕੋਲ ਜਾਂਦੇ ਹੋ ਡਾਕਟਰ ਕਹਿੰਦਾ ਦੇਰ ਇਜ਼ ਨੋ ਕਿਉਰ ਫੋਰ ਰੋਸ਼ੀਆ ਅਦਰਵਾਈਜ਼ ਯੂ ਕੈਨ ਹੈਵ ਐਂਟੀਬਾਇਟਿਕਸ ਦੇ ਦਿੰਦੇ ਆ ਮਾਈਕਰੋਬਾਇਲ ਇੰਬੈਲੈਂਸ ਤੁਸੀਂ ਉਹਨਾਂ ਨੂੰ ਨੈਚੁਰਲ ਐਂਟੀਬਾਇਟਿਕਸ ਦਿਓ ਤੁਸੀਂ ਅਗਰ ਤੁਹਾਨੂੰ ਕਿਸੇ ਨੂੰ ਵੀ ਰੋਸ਼ੀਆ ਦੀ ਪ੍ਰੋਬਲਮ ਹੈ ਬਹੁਤ ਜ਼ਿਆਦਾ ਗੱਲਾਂ ਲਾਲ ਹੋ ਗਈਆਂ ਬੜੇ ਟ੍ਰੀਟਮੈਂਟ ਕਰਾ ਲਏ ਹੁਣ ਤੱਕ ਫਰਕ ਨਹੀਂ ਪਤਾ ਚੱਲ ਰਿਹਾ ਤੁਹਾਨੂੰ ਦੈਨ ਐਡ ਆਪਣੀ ਡਾਇਟ ਦੇ ਵਿੱਚ ਤੁਸੀਂ ਗਾਰਲਿਕ ਐਡ ਕਰੋ ਓਰੀਗੈਨੋ ਐਡ ਕਰੋ ਥੀਮ ਐਡ ਕਰੋ ਸੇਜ ਐਡ ਕਰੋ ਆਲ ਹਰਬਸ ਜਿੰਨੀਆਂ ਜੜੀਆਂ ਬੂਟੀਆਂ ਸੌਰਕਰਾਟ ਐਡ ਕਰੋ ਪ੍ਰੋਬਾਇਓਟਿਕ ਐਂਡ ਪ੍ਰੀਬਾਇਓਟਿਕ ਫੂਡ ਨੂੰ ਕਰਟ ਲੈ ਸਕਦੇ ਹੋ ਚੀਜ਼ਾਂ ਨੂੰ ਐਡ ਕਰੋ ਆਪਣੀ ਡਾਇਟ ਵਿੱਚ ਹਾਂਜੀ ਕੋਈ ਮੇਰੀ ਭੈਣ ਹੈ ਜਿਹਨੂੰ ਬੜੇ ਜ਼ਿਆਦਾ ਫੇਸ਼ੀਅਲ ਹੇਅਰ ਜੋ ਲਾਈਵ ਆਉਣਾ ਚਾਹੁੰਦੀ ਪਲੀਜ਼ ਆਪਣਾ ਨਾਮ ਦੱਸੋ ਮੈਨੂੰ ਉਹਨਾਂ ਨੂੰ ਜਿਹੜੇ ਅਜੇ ਤੱਕ ਕਦੀ ਲਾਈਵ ਨਹੀਂ ਆਏ ਪਲੀਜ਼ ਉਹ ਆਪਣਾ ਨਾਮ ਦੱਸੋ ਮੈਨੂੰ ਉਹਨਾਂ ਨੂੰ ਆਪਾਂ ਐਡ ਕਰਦੇ ਹਾਂ ਕੋਈ ਮੇਰੀ ਸਿਸਟਰ ਵੈਲਕਮ ਰੰਧਾਵਾ ਜੀ ਅੱਜ ਤੁਸੀਂ ਲੇਟ ਹੋ ਗਏ ਹੋ ਕੌਣ ਜਿਹੜਾ ਚਹਿਤ ਗੋਇਲ ਤੁਹਾਡੀ ਜਿਹਨਾਂ ਨੇ ਅੱਜ ਤੱਕ ਜਿਸ ਮੇਰੀ ਭੈਣ ਨੇ ਅੱਜ ਤੱਕ ਕਦੀ ਮੈਨੂੰ ਥਰਡ ਵਾਲੀ ਕੋਈ ਡਾਇਟ ਦੱਸ ਦਿਓ ਕ੍ਰੂਸੀਫਰ ਐਡ ਕਰੋ ਡੀਅਰ ਗ੍ਰੀਨ ਵੈਜਿਸ ਐਡ ਕਰੋ ਦੀਪ ਖਹਿਰਾ ਕਿੱਥੋਂ ਬੋਲਦੇ ਹੋ ਦੀਪ ਖਹਿਰਾ ਤੁਸੀਂ ਜਿਨ੍ਹਾਂ ਨੇ ਅੱਜ ਤੱਕ ਕਦੀ ਮੇਰੇ ਨਾਲ ਗੱਲ ਨਹੀਂ ਕੀਤੀ ਹੈ ਰਿਕੁਐਸਟ ਭੇਜੋ ਜਲਦੀ ਮੈਂ ਅਸੈਪਟ ਕਰਦੀ ਹਾਂ ਫੇਸ਼ੀਅਲ ਹੇਅਰ ਹੈ ਐਕਨੇ ਹੈ ਇਰੈਗੂਲਰ ਪੀਰੀਅਡ ਹੈ ਬੜੀਆਂ ਸਕਿਨ ਪ੍ਰੋਬਲਮਸ ਹੈਗੀਆਂ ਹੁਣ ਮੇਰੀ ਕੋਈ ਭੈਣ ਹਲੇ ਨਵੀਂ ਅਬਰੋਡ ਗਈ ਹੈ ਅਤੇ ਉਹਦਾ ਫੇਸ ਖਰਾਬ ਹੋਣਾ ਸ਼ੁਰੂ ਹੋ ਗਿਆ ਜਾਂ ਤੁਸੀਂ ਜਗ੍ਹਾ ਚੇਂਜ ਕੀਤੀ ਹੈ ਤੁਹਾਡੀ ਸਕਿਨ ਖਰਾਬ ਹੋਣੀ ਸ਼ੁਰੂ ਹੋ ਗਈ ਆਪਾਂ ਉਹਨੂੰ ਲਾਈਵ ਲੈ ਸਕਦੇ ਹਾਂ ਦੇਖਦੇ ਤੁਹਾਡੀ ਰਿਕੁਐਸਟ ਹੋਣੀ ਚਾਹੀਦੀ ਹੈ ਸਰਬ ਕਿੱਥੋਂ ਬੋਲਦੇ ਹੋ ਡੀਅਰ ਤੁਸੀਂ ਹੈਲੋ ਨਮਸਕਾਰ ਜੀ ਹੈਲੋ ਹਾਊ ਆਰ ਯੂ ਹਾਈ ਵਾਟ ਅਬਾਊਟ ਯੂ ਆਮ ਗੁੱਡ ਵਾਟਸ ਯੋਰ ਨੇਮ ਮਾਈ ਨੇਮ ਇਜ਼ ਚਾਹਤ ਗੋਇਲ ਚਾਹਤ ਫੋਰ ਚੇਂਜਲੀ ਓਕੇ ਕਹਾਂ ਸੇ ਬਾਤ ਕਰ ਰਹੇ ਹੋ ਚਾਹਤ ਮੈਂ ਦਿੱਲੀ ਸੇ ਬਾਤ ਕਰ ਰਹੀ ਹੂੰ ਐਕਚੁਅਲੀ ਮੈਂ ਸਟੱਡੀ ਕਰਤੀ ਹੂੰ ਕਹਾਂ ਸੇ ਬਾਤ ਕਰ ਰਹੇ ਹੋ
मैम दिल्ली, रोहिणी दिल्ली. रोहिणी दिल्ली. सो क्या करते हो चाहत, बताइए. लाइव देख रहे थे अभी तो. जी मैम. मैम एक्चुअली आई एम प्रोसीडिंग विद एमबीए. ओके ग्रेट. और मैम मुझे काफी ज्यादा लाइक एक तो मैं पीसीओडी से लाइक फेस कर रही हूँ, एक तो मैं पीसीओडी की वजह से मेरी आंखों में फेशियल हेयर्स है काफी ज्यादा. और स्किन भी काफी ज्यादा वो हो रखी है, ओपन पोर्स एंड ऑल काफी ज्यादा एक्ने हो रखे हैं. हेयर पीछे करो, अपने हेयर पीछे करो. चीक्स, शो मी योर चीक्स, शो मी योर चीक्स. लेफ्ट साइड, दूसरा साइड, राइट साइड. ओके. कब से हो रहा है आपको ये? मैम एक्चुअली पहले तो मुझे पता नहीं था, अभी जब मैं गई थी तो अभी जस्ट मैंने टेस्ट करवाया था तो अभी मुझे पता चला कि मुझे ये हो रहा है. पीरियड्स रेगुलर हैं आपके? मैम एक्चुअली रेगुलर. अभी है रेगुलर? इट्स रेगुलर और नॉट? नो मैम इट्स नॉट रेगुलर. ओके. कब से नहीं आ रहे हैं? मैम लास्ट 4-3 months, 3-4 months. व्हाट्स योर एज? आई थिंक यू आर बिटवीन 25 टू 30. नो इट्स लेस देन 25 मैम. 24. Yes, ma'am. ठीक है, देखो चाहत, सबसे पहले मान लो कि you are 23, right? सबसे पहले have you noticed आपकी ये skin पे wrinkles आ रहे हैं? Just see your this part. जी. देख रहे हो? जी. देख रहे हो ना? जी ma'am. और यहाँ यहाँ पे देखो, ये चीज देखो अपने eyes under eyes. जी. ठीक है. दूसरा जी. अभी you are just 23. कहाँ प्रॉब्लम आ रही है? जंक फूड बहुत ज्यादा खा रहे हो या कहाँ? मुझे खुद ही बताओ क्या क्या खराबी चल रही है. मैम एक्चुअली जैसे मैं हॉस्टल में रहती हूँ तो मैं इतना खा ही नहीं पाती, मतलब जंक तो. चाहत थोड़ा ट्राई करो कि सिग्नल में आ जाओ. देखो चाहत, आई कैन एग्री, मैं भी हॉस्टल में रही हूँ. हॉस्टल में डाइट हम लोग नहीं कर पाते हैं, बट वी कैन एड फ्रूट्स. हम फ्रूट्स तो ऐड कर सकते हैं ना, हम सैलड तो ऐड कर सकते हैं, हम बर्गर की जगह, पिज्जे की जगह अगर हम फ्रेश फ्रूट्स खाएं, फ्रेश सैलड खाएं, तो मुझे लगता है कि हमारी स्किन नेचुरली ग्रो करेगी, है ना? अगर इन द एज ऑफ 23 अभी से ये प्रॉब्लम है, अभी तो इट्स अ लॉन्ग वे ना डियर, अभी तो बहुत छोटी है आपकी एज. जी मैम. ठीक है, एक तो थोड़ा बहुत वॉक किया करो. वेट कितना है आपका? 45-50? Near about 50, I can say. 50 ना? Height कितनी है? 5'3". कोई बात नहीं. कल से थोड़ा सा walk वगैरह शुरू करो, yoga शुरू करो, add fresh fruits in your diet, add क्या कहते हैं salad, lots of salad in your diet. और हो सके तो oily कम खाओ. Okay ma'am, okay sure. ठीक है, इसको फॉलो करो. आप खुद देखोगे कि आपकी स्किन टाइट होनी शुरू हो गई है, हेयर का टेक्सचर अच्छा हो गया है. और योगा की मैंने काफी सारी पोस्ट की हुई है वीडियोस रील में. अगर इरेगुलर पीरियड्स हैं तो उस पे क्या करो, वो योगा करो. आप योगा, फ्रूट्स खाओ, बाहर का खाना डियर बिल्कुल बंद कर दो, मीठा इनटेक कम कर दो. शुगर ज्यादा तो नहीं लेते मीठा, स्वीट्स? नो मैम, नॉट एट ऑल. ठीक है, कोई बात नहीं, आपके रेगुलर होने शुरू हो जाएंगे. फिर भी कोई प्रॉब्लम आती है तो आप मेरे से बात भी कर सकते हो पर्सनल में. ठीक है, कोई मेडिसिन नहीं है. ठीक है, कोई मेडिसिन मत खाना, कोई कोर्स मत करना 21 डेज का, क्योंकि उससे और ज्यादा हार्मोन इंबैलेंस हो जाते हैं. जी ओके, थैंक यू. थैंक यू चाहर, थैंक यू, नाइस टॉकिंग टू यू. थैंक यू. वेलकम. क्रॉस, मैं गारंटी के नाल कह सकती हूँ कि अगर चाहत नू इन द एज ऑफ 23 अगर ये प्रॉब्लम आ रही है तो दैट्स व्हाई, बिकॉज़ उनका स्ट्रेस लेवल बहुत ज्यादा होगा. जब हम लोग हॉस्टल में रहते हैं, हमें प्रॉपर खाना नहीं मिलता, मील्स नहीं मिलते, हमें समझ ही नहीं आता यार क्या खाएं क्या ना खाएं, बर्गर खा लेते हैं, पिज्जा खा लेते हैं, इससे हमारे हॉर्मोन्स इम्बेलेंस होने शुरू हो जाते हैं. तो बेटर है वी शुड ऑलवेज गो फॉर द फ्रेश फूड. बाहर जाके कहीं पे कुछ नहीं मिल रहा है, हम कहीं शादी पे गए हैं, कहीं पार्टी पे गए हैं, कहीं बाहर गए हैं, एटलीस्ट सैलड तो हमें सब जगह मिलता है, हमें फ्रूट तो सब जगह मिलता है. मेरी हमेशा एक गल याद रखियो, जैसा खाए अन्न वैसा होए मन, वैसा होए तन. जितना ना असी भोजन खावांगे साडे फेस ते रिफ्लेक्ट करेगा, साडी बॉडी ते रिफ्लेक्ट करेगा. ऑयली चीजां खावांगे ते ऑयली फेस हो जाएगा, फ्रेश चीजां खावांगे ते ऑलवेज फ्रेश लगेगा.
ਜੂਸ ਪੀਵਾਂਗੇ ਤੇ ਹੋਰ ਜ਼ਿਆਦਾ ਸਾਡਾ ਨੈਚੁਰਲ ਟੋਨ ਅੱਛਾ ਹੋ ਜਾਏਗਾ। ਅਗਰ ਤੁਸੀਂ ਵੀ ਤੁਹਾਨੂੰ ਵੀ ਰੋਸ਼ੀਏ ਦੀ ਪ੍ਰੋਬਲਮ ਹੈ, ਗਾਰਲਿਕ ਐਡ ਕਰੋ, ਓਰੀਗਨੋ ਐਡ ਕਰੋ, ਪ੍ਰੋਬਾਇਓਟਿਕ, ਪ੍ਰੀਬਾਇਓਟਿਕ, ਇਹ ਸਾਰੀਆਂ ਚੀਜ਼ਾਂ ਫਰੂਟ ਫੂਡ ਵਿੱਚ ਹਰੀ ਜਿਹੜੀਆਂ ਜੜੀਆਂ ਬੂਟੀਆਂ ਹੁੰਦੀਆਂ ਇਹਨਾਂ ਨੂੰ ਆਪਣੀ ਡਾਇਟ ਵਿੱਚ ਐਡ ਕਰਿਆ ਕਰੋ, ਇਨਸਟੈਡ ਆਫ ਕਿ ਤੁਸੀਂ ਕਰੀਮਾਂ ਲਾ ਲਓ ਜਾਂ ਚੀਜ਼ਾਂ ਲਾ ਲਓ, ਉਹਨਾਂ ਨਾਲ ਕਦੇ ਟ੍ਰੀਟਮੈਂਟ ਨਾ ਠੀਕ ਨਹੀਂ ਹੁੰਦਾ। ਹੁਣ ਮੈਨੂੰ ਇਹ ਦੱਸੋ ਕਿ ਪਿਗਮੈਂਟੇਸ਼ਨ ਕਿਹਨੂੰ ਹੈ। ਮੈਂ ਨਾ ਇੱਕ ਸਰਵੇ ਕੀਤਾ ਸੀਗਾ, ਹੁਣ ਮੈਂ ਤੁਹਾਡੇ ਸਾਰੇ ਲਈ ਬਹੁਤ ਕੁਛ ਨਵਾਂ ਲੈ ਕੇ ਆ ਰਹੀ ਹਾਂ। ਸਰਵੇ ਦੇ ਵਿੱਚ ਨਾ ਫੇਸ਼ੀਅਲ ਹੇਅਰ ਐਂਡ ਪਿਗਮੈਂਟੇਸ਼ਨ, ਦੀਸ ਆਰ ਦਾ ਹਾਈਐਸਟ ਟੋਪਿਕ, ਹਾਈਐਸਟ ਪ੍ਰੋਬਲਮ ਇਨ ਦਾ ਗਰਲਸ ਐਂਡ ਇਰੈਗੂਲਰ ਪੀਰੀਅਡਸ। ਪੀਰੀਅਡਸ ਨਹੀਂ ਆਉਂਦੇ ਆ, ਫੇਸ਼ੀਅਲ ਹੇਅਰ ਦੀ ਪ੍ਰੋਬਲਮ ਹੈ, ਪਿਗਮੈਂਟੇਸ਼ਨ ਦੀ ਪ੍ਰੋਬਲਮ ਹੈ। ਮੈਂ ਤੁਹਾਨੂੰ ਬੜੀ ਜਲਦੀ ਇਹਦਾ ਸੋਲਿਊਸ਼ਨ ਦੱਸਾਂਗੀ, 2 ਤੋਂ 3 ਮਿੰਟ ਦੀ ਮੇਰੀ ਕੋਈ ਚੀਜ਼ ਆਊਗੀ, ਤੁਹਾਨੂੰ ਸਭ ਕੁਛ ਇਹਦੇ ਵਿੱਚ ਮਿਲ ਜਾਏਗਾ। ਇੱਕ ਹੁੰਦੀ ਹੈ ਪਿਗਮੈਂਟੇਸ਼ਨ ਬਰਾਊਨ ਸਪੋਟਸ, ਇੱਕ ਹੁੰਦੀ ਹੈ ਗ੍ਰੇ ਸਪੋਟਸ। ਮੈਨੂੰ ਇਹ ਦੱਸੋ ਕਿ ਤੁਹਾਨੂੰ ਗ੍ਰੇ ਕਲਰ ਦੀ ਪਿਗਮੈਂਟੇਸ਼ਨ ਹੈ ਜਾਂ ਫਿਰ ਬਰਾਊਨ ਕਲਰ ਦੀ ਪਿਗਮੈਂਟੇਸ਼ਨ ਹੈ। ਇਹਨੂੰ ਅਸੀਂ ਕਹਿੰਦੇ ਹਾਂ ਮੈਲਾਜ਼ਮਾ, ਐਸਟ੍ਰੋਜਨ ਪ੍ਰੋਬਲਮ, ਟੂ ਮੱਚ ਐਸਟ੍ਰੋਜਨ, ਬਰਥ ਕੰਟਰੋਲ ਪਿਲਸ, ਐਸਟ੍ਰੋਜਨ ਲੈਵਲ ਮੈਂ ਦੱਸਿਆ ਨਾ ਇਹ ਇੱਥੇ ਹੋਣਾ ਚਾਹੀਦਾ। ਅਗਰ ਇਹ ਵੀ ਬਹੁਤ ਜ਼ਿਆਦਾ ਹੋ ਜਾਵੇ ਤਾਂ ਤੁਹਾਨੂੰ ਪਤਾ ਕਦੋਂ ਹੁੰਦਾ, ਹਰ ਚੀਜ਼ ਨੂੰ ਆਪਾਂ ਕਹਿੰਦੇ ਹਾਰਮੋਨ ਕਿਉਂ ਇਮਬੈਲੈਂਸ ਹੁੰਦੇ ਆ, ਇਹਨੂੰ ਕਹਿੰਦੇ ਇਮਬੈਲੈਂਸ, ਇੱਥੇ ਹੋਣੇ ਚਾਹੀਦੇ ਆ, ਬਟ ਕੋਈ ਇੱਧਰ ਚਲੇ ਗਿਆ, ਕੋਈ ਇੱਧਰ ਚਲੇ ਗਿਆ, ਕੋਈ ਇੱਧਰ ਚਲੇ ਗਿਆ, ਕੋਈ ਇੱਧਰ ਚਲੇ ਗਿਆ, ਇਹਨੂੰ ਕਹਿੰਦੇ ਇਮਬੈਲੈਂਸ। ਉਹ ਕਿਉਂ ਹੁੰਦੇ ਆ, ਬਰਥ ਕੰਟਰੋਲ ਪਿਲਸ ਲੈਣ ਦੇ ਨਾਲ ਕਈ ਵਾਰੀ ਇੱਕ ਅਬੋਰਸ਼ਨ, ਦੂਜਾ ਅਬੋਰਸ਼ਨ, ਤੀਜਾ ਅਬੋਰਸ਼ਨ, ਅਸੀਂ ਆਪਣੀ ਬਾਡੀ ਨੂੰ ਪਤਾ ਨਹੀਂ ਕੀ ਬਣਾਇਆ ਹੋਇਆ। ਬਾਡੀ ਹੈ ਯਾਰ, ਇਹਨੂੰ ਪਿਆਰ ਕਰੋ, ਕਮਜ਼ੋਰੀ ਆਉਂਦੀ ਹੈ। ਜਿੰਨੀਆਂ ਜ਼ਿਆਦਾ ਬਰਥ ਕੰਟਰੋਲ ਪਿਲਸ ਲੈ ਰਹੇ ਹੋ, 21 ਦਿਨ ਦੇ ਕੋਰਸ ਕਰ ਰਹੇ ਹੋ, ਤੁਹਾਡਾ ਫੇਸ ਹਮੇਸ਼ਾ ਲਈ ਖਰਾਬ ਹੋ ਜਾਏਗਾ। ਬਰਥ ਕੰਟਰੋਲ ਪਿਲਸ ਲੈ ਰਹੇ ਹੋ, ਹਾਰਮੋਨਲ ਰਿਪਲੇਸਮੈਂਟ ਥੈਰੇਪੀਜ਼ ਕਰਾ ਰਹੇ ਹੋ, ਪਲਾਸਟਿਕ ਬੜਾ ਜ਼ਿਆਦਾ ਯੂਜ਼ ਕਰ ਰਹੇ ਹੋ, ਸਰਟਨ ਕੈਮੀਕਲਸ ਯੂਜ਼ ਕਰ ਰਹੇ ਹੋ, ਬਾਰ ਬਾਰ ਪੀਲਿੰਗ ਕਰਾ ਰਹੇ ਹੋ ਫੇਸ 'ਤੇ, ਟ੍ਰੀਟਮੈਂਟ ਟ੍ਰੀਟਮੈਂਟ ਲੈ ਰਹੇ ਹੋ, ਕਦੀ ਲੇਜ਼ਰ, ਕਦੀ ਕੁਛ, ਕਦੀ ਕੁਛ, ਇਹ ਸਾਰੀਆਂ ਚੀਜ਼ਾਂ ਦੇ ਨਾਲ ਸਾਡੀ ਸਕਿਨ ਹੋਰ ਜ਼ਿਆਦਾ ਖਰਾਬ ਹੋ ਰਹੀ ਹੈ। ਅਗਰ ਤੁਹਾਨੂੰ ਇਹ ਹੈ ਤਾਂ ਪਲੀਜ਼ ਕਿਸੇ ਨੂੰ ਵੀ, ਅਗਰ ਕਿਸੇ ਨੂੰ ਵੀ ਯੂਟਿਊਬ, ਇੰਸਟਾਗ੍ਰਾਮ, ਆਲ ਓਵਰ ਦਾ ਵਰਲਡ, ਇਨ ਇੰਡੀਆ, ਅਬਰੋਡ, ਜੋ ਵੀ ਮੇਰੀ ਇਸ ਵੀਡੀਓ ਨੂੰ ਦੇਖ ਰਿਹਾ, ਅਗਰ ਤੁਸੀਂ ਵੀ ਬੜੇ ਸਾਲਾਂ ਤੋਂ ਪਿਗਮੈਂਟੇਸ਼ਨ ਦੀ ਪ੍ਰੋਬਲਮ ਨਾਲ ਜੂਝ ਰਹੇ ਹੋ, ਬੜੇ ਟ੍ਰੀਟਮੈਂਟ ਲੈ ਲਏ, ਸਮਝ ਨਹੀਂ ਆਉਂਦਾ ਕੀ ਕਰਨਾ, ਇੱਕ ਚੀਜ਼ ਕਰ ਲਓ ਪਲੀਜ਼, ਕਰੂਸੀਫਰ ਨੂੰ ਆਪਣੀ ਡਾਇਟ ਵਿੱਚ ਐਡ ਕਰੋ। ਕਰੂਸੀਫਰ ਕੀ ਹੁੰਦਾ ਹੈ, ਗੂਗਲ 'ਤੇ ਜਾ ਕੇ ਤੁਸੀਂ ਸਰਚ ਕਰ ਸਕਦੇ ਹੋ। ਕਰੂਸੀਫਰ ਹਰੀਆਂ ਸਬਜ਼ੀਆਂ, ਬਰੋਕਲੀ ਹੋ ਗਈ, ਪੱਤਾ ਗੋਭੀ ਹੋ ਗਈ, ਜਿੰਨੀਆਂ ਹਰੀਆਂ ਰੰਗ ਬਿਰੰਗੀਆਂ ਹਰੀਆਂ ਸਬਜ਼ੀਆਂ ਹੁੰਦੀਆਂ, ਉਹਨਾਂ ਨੂੰ ਆਪਣੀ ਡਾਇਟ ਵਿੱਚ ਐਡ ਕਰੋ। ਐਡ ਆਇਓਡੀਨ ਇਨ ਦਾ ਫਾਰਮ ਆਫ ਸੀ ਕੈਲਪ ਦੇ ਵਿੱਚ ਕਰ ਸਕਦੇ ਹੋ। ਆਪਣੇ ਜਿਹੜਾ ਹਾਰਮੋਨ ਇਮਬੈਲੈਂਸ ਹੋਇਆ ਐਸਟ੍ਰੋਜਨ, ਇਹਨੂੰ ਬੈਲੈਂਸ ਕਰਨਾ ਸ਼ੁਰੂ ਕਰੋ। ਤੁਸੀਂ ਦੇਖੋਗੇ ਹੌਲੀ ਹੌਲੀ ਜਿਹੜੀ ਪਿਗਮੈਂਟੇਸ਼ਨ ਲਾਈਟ ਹੋਣੀ ਸ਼ੁਰੂ ਹੋ ਜਾਏਗੀ। ਐਸਟ੍ਰੋਜਨ ਬਹੁਤ ਜ਼ਿਆਦਾ ਨਹੀਂ ਚਾਹੀਦਾ, ਬਹੁਤ ਘੱਟ ਵੀ ਨਹੀਂ ਚਾਹੀਦਾ, ਜਿੰਨੀ ਲੋੜ ਹੈ ਉਨਾ ਚਾਹੀਦਾ। ਅਗਰ ਤੁਹਾਨੂੰ ਫਿਰ ਵੀ ਲੱਗਦਾ ਕਿ ਨਹੀਂ ਯਾਰ ਬੜਾ ਕੁਛ ਕਰ ਲਿਆ, ਸਿਰਫ ਕੁਛ ਨਹੀਂ ਕਰਨਾ, ਜਸਟ ਡਾਇਟ, ਡਾਇਟ ਇੱਕ ਐਸੀ ਚੀਜ਼ ਹੈ ਜਿਹੜੀ ਵੱਡੀ ਤੋਂ ਵੱਡੀ ਬਿਮਾਰੀ ਨੂੰ ਠੀਕ ਕਰ ਦਿੰਦੀ ਹੈ। ਜ਼ਿਆਦਾ ਤੋਂ ਜ਼ਿਆਦਾ ਕਰਡ ਲਗਾਉਣਾ, ਕੱਚਾ ਦੁੱਧ ਲਾਉਣਾ, ਨਿੰਬੂ ਲਗਾਉਣਾ, ਹੋਰ ਕੁਛ ਨਹੀਂ ਲਗਾਉਣਾ, ਕੋਈ ਟ੍ਰੀਟਮੈਂਟ ਨਹੀਂ ਕਰਾਉਣਾ। ਜਿੰਨੇ ਟ੍ਰੀਟਮੈਂਟ ਕਰਾ ਰਹੇ ਹੋ, ਸਕਿਨ ਬੜੀ ਸੋਫਟ ਹੁੰਦੀ ਹੈ, ਬੜੀ ਸੈਂਸਿਟਿਵ ਹੁੰਦੀ ਹੈ, ਇਹ ਖਰਾਬ ਹੋਣੀ ਸ਼ੁਰੂ ਹੋ ਜਾਏਗੀ। ਮੈਂ ਵੀ ਇੱਕ ਲੈਵਲ ਤੱਕ ਸਕਿਨ ਨੂੰ ਟਾਈਟ ਕਰ ਸਕਦੀ ਹਾਂ, ਸੋਹਣਾ ਬਣਾ ਸਕਦੀ ਹਾਂ। ਪਿਗਮੈਂਟੇਸ਼ਨ, ਫੇਸ਼ੀਅਲ ਹੇਅਰ, ਫੇਸ਼ੀਅਲ ਹੇਅਰ ਤਾਂ ਬਿਲਕੁਲ ਹੀ ਜੜ੍ਹ ਤੋਂ ਖਤਮ ਹੋ ਸਕਦੇ, ਪਿਗਮੈਂਟੇਸ਼ਨ ਵੀ ਜੜ੍ਹ ਤੋਂ ਖਤਮ ਹੋ ਸਕਦੀ ਹੈ। ਕਰੂਸੀਫਰ ਨੂੰ ਐਡ ਕਰੋ, ਕੁਛ ਚੀਜ਼ਾਂ ਉਹਨਾਂ ਨੂੰ ਐਡ ਕਰੋ ਆਪਣੀ ਡਾਇਟ ਦੇ ਵਿੱਚ। ਸਕੈਲੀ ਪੇਲਿੰਗ ਟਾਈਪ ਆਫ ਫਲੈਕੀ ਸਕਿਨ, ਪਾਪੜੀਆਂ ਉੱਤਰਦੀਆਂ ਸਕਿਨ ਦੇ ਵਿੱਚੋਂ, ਨੱਕ ਦੇ ਉੱਤੋਂ, ਲਿਪਸ ਦੇ ਉੱਤੋਂ, ਲੋ ਓਮੇਗਾ 3 ਹੁੰਦਾ, ਓਮੇਗਾ 3 ਐਡ ਕਰੋ, ਓਮੇਗਾ 6 ਐਡ ਕਰੋ ਆਪਣੀ ਡਾਇਟ ਦੇ ਵਿੱਚ। ਅੱਛਾ, ਬਲੈਕ ਹੈਡ, ਵਾਈਟ ਹੈਡਸ ਕਿਹਨੂੰ ਹੁੰਦੇ ਆ, ਵੱਡੇ ਵੱਡੇ, ਜਿਨ੍ਹਾਂ ਨੂੰ ਵੀ ਹੁੰਦੇ ਉਹਨਾਂ ਦੀ ਡਾਇਟ ਦੇ ਵਿੱਚ ਵਿਟਾਮਿਨ ਡੀ ਦੀ ਡੈਫੀਸ਼ੈਂਸੀ ਹੁੰਦੀ ਹੈ, ਥੋੜ੍ਹੀ ਦੇਰ ਧੁੱਪੇ ਬਹਿ ਜਾਇਆ ਕਰੋ ਫੇਸ ਨੂੰ ਕਵਰ ਕਰਕੇ, ਮਸ਼ਰੂਮ ਲੈ ਸਕਦੇ ਹੋ, ਦੈਨ ਤੁਸੀਂ ਬਿਲਕੁਲ ਰੇਸ਼ੇ ਦੀ ਡਾਇਟ ਦਿੰਦੀ ਹਾਂ, ਬਹੁਤ ਫਰਕ ਪੈਂਦਾ। ਲਾਫਿਕ ਲਾਈਨਸ, ਇੱਥੇ ਇੱਥੋਂ ਸਕਿਨ ਗਿਰ ਜਾਂਦੀ ਹੈ, ਇੱਥੇ ਸਾਡੀ ਇੱਦਾਂ, ਹੁਣ ਤਾਂ ਮੈਂ ਤੁਹਾਨੂੰ ਜਿੱਦਾਂ ਸਕਿਨ ਗਿਰ ਜਾਂਦੀ, ਇੱਥੇ ਲਾਈਨ ਪੈਂਦੀ ਹੈ, ਕਿਉਂ ਹੁੰਦੀ ਹੈ, ਲਾਫਿੰਗ ਲਾਈਨ ਹੁੰਦੀਆਂ ਸਾਡੀਆਂ, B12 ਡੈਫੀਸ਼ੈਂਸੀ, ਇੱਥੇ ਰਿੰਕਲ ਪੈਣਾ, ਇੱਥੇ ਰਿੰਕਲ ਪੈਣਾ, ਲੀਵਰ ਡੈਮੇਜ ਹੋਣ ਦੇ ਨਾਲ ਹੁੰਦਾ, ਲੀਵਰ ਨੂੰ ਡੈਮੇਜ ਹੋਣ ਤੋਂ ਬਚਾਇਆ ਕਰੋ। ਅਦਰਕ ਐਡ ਕਰੋ, ਜ਼ਿੰਕ ਐਡ ਕਰੋ, ਜ਼ਿੰਕ ਦੇ ਵਿੱਚ ਸਾਰੇ ਨਟਸ ਹੁੰਦੇ ਆ, ਬਦਾਮ, ਕਾਜੂ, ਅਖਰੋਟ ਹੁੰਦੇ ਆ, ਸਾਰੇ ਨਟਸ ਨੂੰ ਐਡ ਕਰੋ ਆਪਣੀ ਡਾਇਟ ਵਿੱਚ। ਦੇਖੋ ਜਦੋਂ ਅਸੀਂ ਇਨਐਕਟਿਵ ਹੋ ਜਾਂਦੇ ਹਾਂ, ਤੁਹਾਨੂੰ ਪਤਾ ਕਦੋਂ ਸਾਨੂੰ ਸਾਡਾ ਮੈਟਾਬੋਲਿਜ਼ਮ ਸਲੋ ਹੁੰਦਾ, ਸਾਨੂੰ ਸਾਰੀਆਂ ਪ੍ਰੋਬਲਮਸ, ਚਾਹੇ ਥਾਇਰੋਇਡ ਹੈ, ਚਾਹੇ ਪਿਗਮੈਂਟੇਸ਼ਨ ਹੈ, ਚਾਹੇ ਕੁਛ ਵੀ ਹੈ, ਚਾਹੇ ਹੁਣ ਰੇਸ਼ੀਆ ਦੀ ਪ੍ਰੋਬਲਮ ਪਈ ਹੈ ਸਾਈਨਸ ਦੀ, ਜਦੋਂ ਸਾਡਾ ਮੈਟਾਬੋਲਿਜ਼ਮ ਸਲੋ ਹੋ ਜਾਂਦਾ, ਸਾਡੀ ਇਮਿਊਨਿਟੀ ਸਲੋ ਹੋ ਜਾਂਦੀ, ਪਤਾ ਕਿਉਂ ਹੁੰਦੀ ਹੈ, ਜਦੋਂ ਸਾਰਾ ਦਿਨ ਹੀ ਬੈਠੇ ਰਹਿਣਾ, ਇਨਐਕਟਿਵ ਲਾਈਫ ਸਟਾਈਲ, ਕੁਛ ਵੀ ਹੋ ਜਾਵੇ ਹਿੱਲਣਾ ਨਹੀਂ, ਘਰ ਚੋਂ ਨਹੀਂ ਹਿੱਲਣਾ, ਬਸ ਟੀਵੀ ਦੇਖ ਲਿਆ ਖਾ ਲਿਆ, ਟੀਵੀ ਦੇਖ ਲਿਆ ਖਾ ਲਿਆ, ਟੀਵੀ ਦੇਖ ਲਿਆ ਖਾ ਲਿਆ, ਐਕਸਰਸਾਈਜ਼ ਨਹੀਂ ਕਰਨੀ, ਯੋਗਾ ਨਹੀਂ ਕਰਨਾ, ਦੈਨ
ਰੰਧਾਵਾ ਸਰ ਦੇ ਨਾਲ ਬਿਲਕੁਲ ਟੀਮ ਤੁਹਾਨੂੰ ਉਹਨਾਂ ਦਾ ਨੰਬਰ ਦੇਗੀ, ਤੁਹਾਨੂੰ ਅਪਾਇੰਟਮੈਂਟ ਬੁੱਕ ਕਰਨੀ ਪਏਗੀ ਸਰ ਦੇ ਨਾਲ, ਡੈਫੀਨੇਟਲੀ ਸਰ ਤੁਹਾਨੂੰ ਹੈਲਪ ਕਰਨਗੇ ਔਰ ਡੋਂਟ ਵਰੀ ਬਿਲਕੁਲ ਠੀਕ ਹੋ ਜਾਓਗੇ ਤੁਸੀਂ। ਜਦੋਂ ਅਸੀਂ ਬਿਲਕੁਲ ਨਹੀਂ ਹਿਲਦੇ ਸਾਡਾ ਮੈਟਾਬੋਲਿਜ਼ਮ ਸਲੋ ਹੋਣਾ ਸ਼ੁਰੂ ਹੋ ਜਾਂਦਾ, ਨਾ ਵਾਕ ਕਰਦੇ ਹਾਂ ਨਾ ਯੋਗਾ ਕਰਦੇ ਹਾਂ ਕੁਛ ਨਹੀਂ ਕਰਦੇ, ਮੈਟਾਬੋਲਿਜ਼ਮ ਸਲੋ ਹੋ ਜਾਂਦਾ, ਇਮਿਊਨਿਟੀ ਸਲੋ ਹੋ ਜਾਂਦੀ, ਜਾਂ ਫਿਰ ਜਦੋਂ ਅਸੀਂ ਬੁੱਢੇ ਹੋਣੇ ਸ਼ੁਰੂ ਹੁੰਦੇ ਹਾਂ ਸਾਡੀ ਏਜ ਵਧਣੀ ਸ਼ੁਰੂ ਹੋ ਜਾਂਦੀ ਉਦੋਂ ਇਹ ਪ੍ਰੋਬਲਮ ਆਉਂਦੀ, ਜਾਂ ਫਿਰ ਨਿਊਟ੍ਰੀਸ਼ਨਲ ਡੈਫੀਸ਼ੀਐਂਸੀ ਜਿਸ ਬੰਦੇ ਨੂੰ ਹੁੰਦੀ ਹੈ, ਜਿਹੜੀਆਂ ਚੀਜ਼ਾਂ ਖਾਣੀਆਂ ਚਾਹੀਦੀਆਂ ਜਦੋਂ ਅਸੀਂ ਉਹ ਚੀਜ਼ਾਂ ਆਪਣੀ ਡਾਇਟ 'ਚ ਨਹੀਂ ਐਡ ਕਰਦੇ ਤਾਂ ਸਾਨੂੰ ਸਾਰਾ ਕੁਝ ਸਾਡੇ ਬੋਡੀ ਦੇ ਆਰਗਨ ਸਲੋ ਹੋਣੇ ਸ਼ੁਰੂ ਹੋ ਜਾਂਦੇ। ਐਂਡ ਸਭ ਤੋਂ ਵੱਡਾ ਰੀਜ਼ਨ ਹੈ ਸਾਡੀ ਇਮਿਊਨਿਟੀ ਹੋਵੇ ਜਾਂ ਮੈਟਾਬੋਲਿਜ਼ਮ ਹੋਵੇ, ਅਗਰ ਇਹ ਸਲੋ ਹੋ ਗਿਆ ਸਾਨੂੰ ਸਾਰੀਆਂ ਪ੍ਰੋਬਲਮ ਲੱਗ ਜਾਂਦੀਆਂ, ਉਹ ਹੈ ਕੌਜ਼ ਸਟ੍ਰੈਸ, ਜਿਹਨੂੰ ਅਸੀਂ ਪਿਆਰ ਕਰਦੇ ਹਾਂ ਸਾਨੂੰ ਛੱਡ ਕੇ ਚਲਾ ਜਾਂਦਾ ਜਾਂ ਇਸ ਦੁਨੀਆਂ ਤੋਂ ਚਲੇ ਜਾਂਦੇ, ਸਾਨੂੰ ਸਡਨ ਧੱਕਾ ਲੱਗਦਾ, ਕੋਈ ਸ਼ੌਕ ਲੱਗਦਾ, ਕ੍ਰੋਨਿਕ ਸਟ੍ਰੈਸ ਹੁੰਦਾ ਜਾਂ ਬੜਾ ਵੱਡਾ ਸਟ੍ਰੈਸ ਹੁੰਦਾ, ਉਹਦੇ ਕਰਕੇ ਵੀ ਜਿਹੜੇ ਸਾਡੇ ਹਾਰਮੋਨਸ ਆ ਇਮਬੈਲੈਂਸ ਹੋਣੇ ਸ਼ੁਰੂ ਹੋ ਜਾਂਦੇ ਆ ਐਂਡ ਸਾਨੂੰ ਸਾਰੀਆਂ ਪ੍ਰੋਬਲਮਸ ਆ ਕੇ ਵਾਇਰਸ ਸਾਡੀ ਬੋਡੀ ਦੇ ਅੰਦਰ ਅਟੈਕ ਕਰ ਜਾਂਦੇ ਆ। ਹੁਣ ਮੰਨ ਲਓ ਅਗਰ ਮੈਂ ਤਾਂ ਸਟਰੋਂਗ ਬਣ ਕੇ ਖੜੀ ਹਾਂ, ਰਾਈਟ, ਮੰਨ ਲਓ ਅਗਰ ਮੈਂ ਤਾਂ ਸਟਰੋਂਗ ਬਣ ਕੇ ਖੜੀ ਹਾਂ, ਰਾਈਟ, ਕੋਈ ਵੀ ਮੈਨੂੰ ਆਏਗਾ ਉਹ ਮੈਨੂੰ ਟੱਕਰ ਲਏਗਾ, ਮੈਨੂੰ ਮਾਰ ਦਾਂਗੇ ਕਿਉਂਕਿ ਮੇਰੀ ਬੋਡੀ ਸਟਰੋਂਗ ਹੈ, ਠੀਕ ਹੈ। ਅਗਰ ਮੈਂ ਖੁਦ ਹੀ ਇੱਦਾਂ ਗਿਰੀਆਂ ਹੋਈਆਂ ਸਾਰੇ ਆ ਕੇ ਮੇਰੇ 'ਚ ਅਟੈਕ ਕਰ ਦੇਣਗੇ, ਮੇਰੀ ਬੋਡੀ ਦੇ ਅੰਦਰ ਚਲੇ ਜਾਣਗੇ ਔਰ ਮੈਂ ਬਿਮਾਰ ਹੋਣੀ ਸ਼ੁਰੂ ਹੋ ਜਾਵਾਂਗੀ। ਪਲੀਜ਼ ਆਪਣੇ ਮੈਟਾਬੋਲਿਜ਼ਮ ਨੂੰ ਸਟਰੋਂਗ ਕਰੋ, ਇਮਿਊਨਿਟੀ ਨੂੰ ਸਟਰੋਂਗ ਕਰੋ, ਚਮਨ ਪ੍ਰਾਸ਼ ਖਾਇਆ ਕਰੋ, ਆਂਵਲੇ ਨੂੰ ਐਡ ਕਰੋ ਆਪਣੀ ਡਾਇਟ ਵਿੱਚ, ਵਾਕ ਕਰਨੀ ਹੈ ਸਵੇਰੇ ਸ਼ਾਮੀ, ਯੋਗਾ ਕਰੋ, ਮੈਟਾਬੋਲਿਜ਼ਮ ਨੂੰ ਸਟਰੋਂਗ ਕਰੋ, ਇਮਿਊਨਿਟੀ ਨੂੰ ਸਟਰੋਂਗ ਕਰੋ। ਮੈਂ ਗਰੰਟੀ ਦੇ ਨਾਲ ਕਹਿੰਦੇ ਹਾਂ ਨਾ ਸਕਿਨ ਖਰਾਬ ਹੋਏਗੀ, ਨਾ ਤੁਹਾਨੂੰ ਕਦੀ ਕੋਈ ਪ੍ਰੋਬਲਮ ਹੋਏਗੀ। ਐਂਡ ਆਟੋ ਇਮਿਊਨ ਡਿਜ਼ੀਜ਼ ਆਲਸੋ ਟ੍ਰਿਗਰਡ ਬਾਏ ਸਵੇਅਰ ਸਟ੍ਰੈਸ, ਜਿਨ੍ਹਾਂ ਨੂੰ ਵੀ ਡਾਕਟਰ ਕਹਿੰਦੇ ਕਿ ਆਟੋ ਇਮਿਊਨ ਦੀ ਡਿਜ਼ੀਜ਼ ਹੈ, ਤੁਸੀਂ ਦੇਖਿਓ ਤੁਹਾਡੀ ਜ਼ਿੰਦਗੀ ਦੇ ਵਿੱਚ ਕੋਈ ਨਾ ਕੁਛ ਇਹੋ ਜਿਹੀ ਗੱਲਬਾਤ ਹੋਈ ਹੋਏਗੀ, ਸਡਨ ਸਟ੍ਰੈਸ ਹੋਇਆ ਹੋਏਗਾ, ਕ੍ਰੋਨਿਕ ਸਟ੍ਰੈਸ ਹੋਇਆ ਹੋਏਗਾ, ਜਿਹਨੇ ਟ੍ਰਿਗਰ ਕੀਤਾ ਅਤੇ ਤੁਹਾਨੂੰ ਆਟੋ ਇਮਿਊਨ ਸਿਸਟਮ ਨੇ ਤੁਹਾਡੇ 'ਤੇ ਅਟੈਕ ਕਰ ਦਿੱਤਾ। ਫੇਸ਼ੀਅਲ ਹੇਅਰ ਟੂ ਮੱਚ ਐਂਡਰੋਜਨ ਕੁਡ ਬੀ, ਪੀ ਸੀ ਓ ਐਸ ਟੂ ਮੱਚ ਇਨਸੁਲਿਨ ਨਾਲ ਹੁੰਦਾ, ਜ਼ਿਆਦਾ ਨਾ ਖਾਇਆ ਕਰੋ। ਕਈ ਵਾਰੀ ਅਸੀਂ ਸਾਰਾ ਦਿਨ ਹੀ ਖਾਈ ਜਾਂਦੇ ਹਾਂ, ਤਿੰਨ ਰੋਟੀਆਂ ਸਵੇਰੇ, ਚਾਰ ਰੋਟੀਆਂ ਸ਼ਾਮੀ, ਪੰਜ ਰੋਟੀਆਂ ਜਾਂ ਤਿੰਨ ਚਾਰ ਰੋਟੀਆਂ ਫਿਰ ਸ਼ਾਮੀ, 8-9 ਰੋਟੀਆਂ। ਮੈਂ ਕਈਆਂ ਭੈਣਾਂ ਨਾਲ ਗੱਲ ਕਰ ਰਹੀ ਹਾਂ, ਕਹਿੰਦੇ ਦੀਦੀ ਦਿਨ ਦੇ 8-9 ਫੁਲਕੇ ਖਾਂਦੇ ਹਾਂ, ਕਾਰਬਸ ਨੂੰ ਘਟਾਓ, ਫੈਟ ਨੂੰ ਘਟਾਓ, ਪਲੀਜ਼ ਡੀਅਰ ਆਪਣੀ ਡਾਇਟ ਦੇ ਵਿੱਚੋਂ ਕਾਰਬਸ ਨੂੰ ਖਾਓ, ਕਲੀਨ ਅਪ ਯੋਰ ਡਾਇਟ। ਬਹੁਤ ਜ਼ਿਆਦਾ ਫੋੜੇ ਫਿੰਸੀਆਂ ਹੋ ਗਏ ਨਾ, ਓਪਨ ਪੋਰਸ ਹੋ ਗਏ ਹੈ, ਐਕਨੇ ਹੋ ਗਏ ਹੈ, ਕਾਰਬਸ ਘਟਾ ਦਿਓ, ਫੈਟ ਘਟਾ ਦਿਓ, ਡਾਇਟ ਨੂੰ ਬਿਲਕੁਲ ਕਲੀਨ ਕਰ ਦਿਓ, ਤੁਸੀਂ ਦੇਖੋਗੇ ਇਹ ਐਕਨੇ ਆਪਣੇ ਆਪ ਹੀ ਜਾਣੇ ਸ਼ੁਰੂ ਹੋ ਜਾਣਗੇ। ਟ੍ਰੀਟਮੈਂਟ ਨਾ ਲਓ, ਟ੍ਰੀਟਮੈਂਟ ਨੇ ਹੋਰ ਜ਼ਿਆਦਾ ਤੁਹਾਨੂੰ ਖਰਾਬ ਕਰ ਦੇਣਾ। ਇੱਕ ਹੋਰ ਟੋਪਿਕ ਮੈਂ ਤੁਹਾਨੂੰ ਜਾਣ ਤੋਂ ਪਹਿਲਾਂ ਦੱਸ ਕਰਨਾ ਚਾਹੁੰਦੀ ਹਾਂ, ਸਰਵਾਈਕਲ ਕੈਂਸਰ ਦੇ ਮੈਂ ਸਪੈਸ਼ਲ ਲਾਈਵ ਆਵਾਂਗੀ। ਅੱਜ ਕੱਲ੍ਹ ਕੁੜੀਆਂ ਨੂੰ ਸਰਵਾਈਕਲ ਕੈਂਸਰ ਬਹੁਤ ਜ਼ਿਆਦਾ ਹੋ ਰਿਹਾ, ਕੈਂਸਰ ਇੰਡੀਆ ਤੁਹਾਨੂੰ ਪਤਾ ਸੈਕਿੰਡ ਨੰਬਰ 'ਤੇ ਆ ਗਿਆ ਸਰਵਾਈਕਲ ਕੈਂਸਰ ਦੇ ਵਿੱਚ, ਲੀਡ ਕਰ ਰਿਹਾ ਦੂਜੇ ਨੰਬਰ 'ਤੇ ਕੈਂਸਰ ਦੇ ਨਾਲ, ਬਹੁਤ ਜ਼ਿਆਦਾ ਡੈਥ ਹੋ ਰਹੀਆਂ ਹੈ। ਮਤਲਬ ਹਰ ਸਾਲ 1,00,000 ਕੁੜੀ ਨੂੰ ਸਰਵਾਈਕਲ ਕੈਂਸਰ ਹੋ ਰਿਹਾ, ਜਿਹਦੇ ਵਿੱਚੋਂ 70,000 ਕੁੜੀ ਮਰ ਰਹੀ ਹੈ, ਔਰਤ ਮਰ ਰਹੀ ਹੈ ਬੱਚੇਦਾਨੀ ਦੇ ਵਿੱਚ ਕੈਂਸਰ ਹੋ ਜਾਣਾ। ਇਹਦੇ ਲਈ ਮੈਂ ਸਪੈਸ਼ਲ ਲਾਈਵ ਬਣਾਵਾਂਗੀ, ਇਹਦੀਆਂ ਕੀ ਨਿਸ਼ਾਨੀਆਂ ਹੈ। ਤੁਹਾਨੂੰ ਅਨਯੂਜਵਲ ਬਲੀਡਿੰਗ ਹੋਣੀ, ਮਹੀਨੇ 'ਚ ਇੱਕ ਵਾਰੀ ਬਲੀਡਿੰਗ ਆ ਗਈ, ਫਿਰ ਮਹੀਨੇ 'ਚ ਦੂਜੀ ਵਾਰੀ ਆ ਗਈ, ਮਹੀਨੇ 'ਚ ਤਿੰਨ ਵਾਰੀ ਆ ਗਈ ਆ। ਪਲੀਜ਼ ਮੈਨੂੰ ਇਸ ਵੀਡੀਓ ਦੇ ਨੀਚੇ ਜ਼ਰੂਰ ਦੱਸਣਾ ਤੁਹਾਨੂੰ 1 month ਵਿੱਚ ਕਿੰਨੀ ਵਾਰ ਬਲੀਡਿੰਗ ਆਉਂਦੀ ਹੈ। ਪੈਲਵਿਕ ਪੇਨ ਔਰ ਡਿਸਕੰਫਰਟ, ਇਸ ਏਰੀਏ ਦੇ ਵਿੱਚ ਬਹੁਤ ਜ਼ਿਆਦਾ ਪੇਨ ਰਹਿਣਾ, ਡਿਸਕੰਫਰਟ ਰਹਿਣਾ, ਜਾਂ ਬਹੁਤ ਜ਼ਿਆਦਾ ਵਾਈਟ ਡਿਸਚਾਰਜ ਆਉਣਾ, ਜਾਂ ਬਰਾਊਨ ਕਲਰ ਦਾ, ਬਲੱਡ ਕਲਰ ਦਾ ਡਿਸਚਾਰਜ ਆਉਣਾ ਨਿਸ਼ਾਨੀ ਹੈ। ਚੇਂਜ ਇਨ ਮੈਂਸਟਰੁਅਲ ਸਾਈਕਲ, ਤੁਹਾਡਾ ਮੈਂਸਟਰੁਅਲ ਸਾਈਕਲ ਬਾਰ ਬਾਰ ਚੇਂਜ ਹੋਣਾ, ਪਰਸਿਸਟੈਂਟ ਫਟੀਗ, ਬਹੁਤ ਜ਼ਿਆਦਾ ਹਮੇਸ਼ਾ ਹੀ ਥੱਕਿਆ ਰਹਿਣਾ, ਮਤਲਬ ਇਸ ਪਾਰਟ ਤੇ ਜਾਨ ਹੀ ਨਾ ਹੋਣੀ, ਇਸ ਪਾਰਟ ਤੇ ਬਿਲਕੁਲ ਵੀ ਜਾਨ ਹੀ ਨਾ ਹੋਣੀ। ਏਸ਼ੀਆ ਦੇ ਵਿੱਚ 58% ਔਰਤਾਂ ਨੂੰ, ਅਫਰੀਕਾ ਦੇ ਵਿੱਚ 22%, ਲੈਟਿਨ ਅਮੈਰੀਕਾ ਦੇ ਵਿੱਚ 9% ਫੀਮੇਲਸ ਨੂੰ ਸਰਵਾਈਕਲ ਕੈਂਸਰ ਹੋ ਰਿਹਾ। ਸੋ ਅਗਰ ਤੁਹਾਨੂੰ ਵੀ ਲੱਗਦਾ ਤੁਹਾਨੂੰ ਮਹੀਨੇ 'ਚ 2 ਵਾਰੀ ਬਲੀਡਿੰਗ ਹੋ ਰਹੀ ਹੈ, ਕਮੈਂਟ ਵਿੱਚ ਜ਼ਰੂਰ ਦੱਸਣਾ। ਪੈਲਵਿਕ ਪੇਨ ਹੋ ਰਿਹਾ, ਡਿਸਕੰਫਰਟ ਹੋ ਰਿਹਾ, ਵਾਈਟ ਡਿਸਚਾਰਜ ਹੋ ਰਿਹਾ, ਮੈਂਸਟਰੁਅਲ ਸਾਈਕਲ ਤੁਹਾਡੇ ਚੇਂਜ ਹੋ ਰਹੇ ਹੈ, ਠੀਕ ਹੈ, ਤਾਂ ਪਲੀਜ਼ ਮੈਨੂੰ ਜ਼ਰੂਰ ਦੱਸਣਾ। ਤੁਸੀਂ ਆਪਣੇ ਟੈਸਟ ਕਰਾਓ, ਮੈਂ ਕੁਛ ਡਾਇਟ ਦੀਆਂ ਚੀਜ਼ਾਂ ਤੁਹਾਨੂੰ ਦੱਸਾਂਗੀ, ਅਗਰ ਤੁਸੀਂ ਇੰਟਰਸਟਿਡ ਹੋਏ ਕਮੈਂਟ ਵਿੱਚ ਜ਼ਰੂਰ ਦੱਸਣਾ। ਮੈਂ ਇਸ 'ਤੇ ਪ੍ਰੋਪਰ ਵੀਡੀਓ ਵੀ ਬਣਾਵਾਂਗੀ, ਪ੍ਰੋਪਰ ਲਾਈਵ ਆਵਾਂਗੀ, ਸੋ ਦੈਟ ਮੈਂ ਚਾਹੁੰਦੀ ਹਾਂ ਕਿ ਮੈਂ ਵੱਧ ਤੋਂ ਵੱਧ ਆਪਣੀਆਂ ਭੈਣਾਂ ਦੀ ਹੈਲਪ ਕਰ ਸਕਾਂ, ਮਦਦ ਕਰ ਸਕਾਂ, ਤੁਹਾਨੂੰ ਸਹੀ ਰਾਹੇ ਪਾ ਸਕਾਂ। ਦੇਖੋ ਮੈਂ ਜਾਣ ਤੋਂ ਪਹਿਲਾਂ ਗੱਲ ਕਹਿਣਾ ਚਾਹਾਂਗੀ, ਤੁਹਾਨੂੰ ਪਤਾ ਇੱਕ ਔਰਤ ਲਈ ਸਭ ਤੋਂ ਜ਼ਰੂਰੀ ਕੀ ਹੁੰਦਾ? ਖੁਸ਼ ਰਹਿਣਾ। ਜਦੋਂ ਵੀ ਕੋਈ ਔਰਤ ਪਰੇਸ਼ਾਨ ਹੁੰਦੀ ਹੈ, ਬੜਾ ਜ਼ਿਆਦਾ ਸਟ੍ਰੈਸ ਲੈ ਲੈਂਦੀ ਹੈ, ਉਹਦਾ ਕੋਰਟੀਸੋਲ ਲੈਵਲ ਬੜਾ ਜ਼ਿਆਦਾ ਵੱਧ ਜਾਂਦਾ ਹੈ, ਜਦੋਂ ਉਹਦਾ ਕੋਰਟੀਸੋਲ ਲੈਵਲ ਵੱਧ ਜਾਂਦਾ ਨਾ, ਸਟ੍ਰੈਸ ਬੜਾ ਜ਼ਿਆਦਾ ਵੱਧ ਜਾਂਦਾ, ਉਹਨੂੰ ਸਾਰੀਆਂ ਪ੍ਰੋਬਲਮ ਆਉਣੀਆਂ ਸ਼ੁਰੂ ਹੋ ਜਾਂਦਾ, ਉਹ ਵੀ ਟੈਨਸ਼ਨ ਲੈਣੀ ਸ਼ੁਰੂ ਕਰ ਦਿੱਤੀ ਨਾ, ਤੁਹਾਡੇ ਪੀਰੀਅਡਸ ਇਰੈਗੂਲਰ ਹੋ ਜਾਣਗੇ, ਪੀਰੀਅਡਸ ਇਰੈਗੂਲਰ ਹੋ ਜਾਣਗੇ ਅਤੇ ਤੁਹਾਡੀ ਜਿਹੜੀ ਐਗ ਕੁਆਲਿਟੀ ਹੈ, ਏ ਐੱਮ ਐੱਚ ਲੈਵਲ ਹੈ, ਐੱਫ ਐੱਸ ਐੱਚ ਲੈਵਲ, ਉਹ ਬਿਲਕੁਲ ਗਿਰਨਾ ਸ਼ੁਰੂ ਹੋ ਜਾਏਗਾ। ਜਦੋਂ ਸਾਡੇ ਪੀਰੀਅਡਸ ਹੀ ਨਹੀਂ ਆ ਰਹੇ, ਸਾਡੇ ਐੱਗ ਹੀ ਨਹੀਂ ਬਣਦੇ ਪਏ ਹੈ, ਅਸੀਂ ਕਿਵੇਂ ਬੇਬੀ ਕੰਸੀਵ ਕਰ ਲਾਂਗੇ? ਮੈਨੂੰ ਇੱਕ ਗੱਲ ਦੱਸੋ, ਔਰ ਇਹ
ਆਉਣ ਵਾਲੇ ਵਕਤ ਵਿੱਚ ਬੜਾ ਵੱਡਾ ਹੋਣ ਵਾਲਾ ਇੱਕ ਔਰਤ ਲਈ। ਮੈਂ ਇਹੀ ਚਾਹੁੰਦੀ ਹਾਂ, ਮੈਂ ਆਪਣੀ ਹਰ ਭੈਣ ਤੱਕ ਵਰਲਡ ਵਿੱਚ, ਦੁਨੀਆਂ ਵਿੱਚ, ਤੁਸੀਂ ਜਿੱਥੇ ਵੀ ਕਿਤੇ ਬੈਠੇ ਹੋ, ਮੈਂ ਹਰ ਭੈਣ ਤੱਕ ਪਹੁੰਚਣਾ ਚਾਹੁੰਦੀ ਹਾਂ। ਬਾਬਾ ਜੀ ਨੇ ਵੈਸੇ ਤਾਂ ਟੱਚਵੁੱਡ ਹਰ ਭੈਣ ਤੱਕ ਪਹੁੰਚਾ ਹੀ ਦਿੱਤਾ, ਦੁਨੀਆਂ ਦਾ ਇਹੋ ਜਿਹਾ ਕੋਈ ਵੀ ਕੰਟਰੀ, ਕੋਈ ਵੀ ਸ਼ਹਿਰ ਨਹੀਂ ਹੈ ਜਿੱਥੇ ਮੇਰੇ ਕੋਲ ਕਲਾਇੰਟਸ ਨਹੀਂ ਹੈ। ਸੋ ਥੈਂਕ ਯੂ ਸੋ ਮਚ ਸੱਚੇ ਪਾਤਸ਼ਾਹ, ਤੁਹਾਡੀ ਨੀ ਕਿਰਪਾ। ਐਂਡ ਇੰਨੀਆਂ ਕੁ ਪ੍ਰੋਬਲਮਸ ਹੈ, ਇੱਕ ਇੱਕ ਕੁੜੀ ਨੂੰ ਮਲਟੀਪਲ ਪ੍ਰੋਬਲਮਸ ਹੈ। ਪਹਿਲਾਂ ਜਦੋਂ ਸ਼ੁਰੂ ਕੀਤਾ ਸੀ ਤੇ ਸਿਰਫ ਵੇਟ ਲੋਸ ਹੁੰਦਾ ਸੀਗਾ, ਵੇਟ ਲੋਸ ਹੋ ਗਿਆ ਜਾਂ ਥੋੜ੍ਹੀ ਬਹੁਤੀ ਪਿਗਮੈਂਟੇਸ਼ਨ ਹੋ ਗਈ। ਹੁਣ ਇੱਕ ਕੁੜੀ ਨੂੰ ਮਲਟੀਪਲ ਪ੍ਰੋਬਲਮਸ ਹੁੰਦੀਆਂ ਜਾ ਰਹੀਆਂ, ਕਿਉਂ? ਕਿਉਂਕਿ ਅਸੀਂ ਸਟਾਰਟਿੰਗ 'ਚ ਆਪਣਾ ਧਿਆਨ ਹੀ ਨਹੀਂ ਰੱਖਦੇ। ਮਾੜਾ ਜਿਹਾ ਕੁਛ ਹੋਇਆ ਇਗਨੋਰ ਕੀਤਾ, ਮਾੜਾ ਜਿਹਾ ਕੁਛ ਹੋਇਆ ਇਗਨੋਰ ਕੀਤਾ, ਇੱਕ ਦੋ ਤਿੰਨ ਚਾਰ ਅੱਠ ਦਸ ਪ੍ਰੋਬਲਮ ਹੋ ਜਾਂਦੀਆਂ ਉਸ ਸਟੇਜ 'ਤੇ ਨਾਲ ਲੈ ਕੇ ਜਾਓ। ਪਲੀਜ਼ ਸਟ੍ਰੈਸ ਲੈਣਾ ਕੁਛ ਨਹੀਂ ਹੋਣਾ, ਉੱਠਣਾ ਪੈਣਾ, ਵਾਕ ਕਰਨੀ ਪੈਣੀ ਹੈ, ਅਰਲੀ ਮਾਰਨਿੰਗ ਕਨੈਕਟ ਕਰੋ, ਪਰਮਾਤਮਾ ਨਾਲ ਕਨੈਕਟ ਕਰੋ, ਡਾਇਟ ਅੱਛੀ ਕਰੋ, ਪਾਠ ਕਰੋ, ਐਕਸਰਸਾਈਜ਼ ਕਰੋ, ਡਾਇਟ, ਤਿੰਨ ਚੀਜ਼ਾਂ ਮੈਂ ਤੁਹਾਨੂੰ ਹਮੇਸ਼ਾ ਦੱਸਦੀ ਹੁੰਦੀ ਹਾਂ ਕਿਹੜੀ ਪ੍ਰੋਬਲਮ ਹੈ ਜਿਹਨੂੰ ਰਿਵਰਸ ਨਹੀਂ ਕਰ ਸਕਦੇ। ਵੱਡੀ ਤੋਂ ਵੱਡੀ ਪ੍ਰੋਬਲਮ, ਵੱਡੀ ਤੋਂ ਵੱਡੀ ਪ੍ਰੋਬਲਮ, ਕਹਿੰਦੇ ਪਰਮਾਤਮਾ ਵੀ ਉਹਦੇ ਅੱਗੇ ਝੁੱਕ ਜਾਂਦਾ ਜਿਹਨੂੰ ਕੁਛ ਕਰਨ ਦਾ ਚਾਹ ਹੋਵੇ, ਜਿਹਦੇ ਅੰਦਰ ਇੱਕ ਜਜ਼ਬਾ ਹੋਵੇ ਕਿ ਨਹੀਂ ਮੈਂ ਠੀਕ ਹੋਣਾ, ਮੈਂ ਜ਼ਿੰਦਗੀ ਨਹੀਂ ਜੀ ਸਕਦੀ। 2024 ਸ਼ੁਰੂ ਹੋ ਗਿਆ ਮੇਰੀ ਲਾਈਫ ਦਾ, ਤੇ ਮੈਂ ਹੁਣ ਬਦਲਣਾ। ਜਿਹੜੀਆਂ ਪ੍ਰੋਬਲਮ ਸੀਗੀਆਂ 2023 ਦੇ ਵਿੱਚ ਬਾਏ ਬਾਏ ਕਰਤੀਆਂ, ਬਟ ਇੱਕ ਰੈਜ਼ੋਲਿਊਸ਼ਨ ਦੇ ਨਾਲ ਇਸ ਸਾਲ 'ਚ ਆਏ ਹਾਂ। ਹਰ ਵਕਤ ਵਕਤ ਜਾ ਰਿਹਾ, ਉਮਰ ਜਾ ਰਹੀ ਹੈ, ਸਾਲ ਜਾ ਰਿਹਾ, ਇੱਦਾਂ ਨਹੀਂ ਜੀਣਾ। ਉੱਠੋ, ਹਰ ਚੀਜ਼ ਦਾ ਧਿਆਨ ਰੱਖਦੇ ਹੋ, ਘਰ ਦਾ ਸਾਜ ਸਜਾਵਟ ਕਰਦੇ ਹੋ, ਇਸ ਸਰੀਰ ਦਾ ਧਿਆਨ ਰੱਖੋ। ਸਰੀਰ ਹੈ ਤੇ ਅਸੀਂ ਹਾਂ, ਸਰੀਰ ਹੈ ਤੇ ਅਸੀਂ ਅਰਬਾਂ ਖਰਬਾਂ ਰੁਪਏ ਕਮਾ ਸਕਦੇ ਹਾਂ। ਇੱਕ ਅਰਬਾਂ ਖਰਬਾਂ ਦਾ ਸਰੀਰ ਹੈ, ਅਰਬਾਂ ਖਰਬਾਂ ਦੇ ਕੇ ਵੀ ਸਰੀਰ ਨਹੀਂ ਮਿਲੇਗਾ। ਸਭ ਕੁਛ ਦੁਨੀਆਂ ਤੇ ਮਿਲ ਜਾਂਦਾ, ਬਟ ਆਪਣੀ ਬਾਡੀ ਨਹੀਂ ਮਿਲਦੀ। ਫਿੱਟ ਆ ਤਾਂ ਦੁਨੀਆਂ ਸੋਹਣੀ ਲੱਗਦੀ ਹੈ, ਫਿੱਟ ਨਹੀਂ ਆ ਤੇ ਆਪਣੇ ਨਾਲ ਪਿਆ ਬੰਦਾ ਵੀ ਸੋਹਣਾ ਨਹੀਂ ਲੱਗਦਾ। ਸੋ ਪਲੀਜ਼ ਸਾਰਿਆਂ ਨੂੰ ਰਿਕੁਐਸਟ ਹੈ, ਧਿਆਨ ਰੱਖਿਆ ਕਰੋ ਆਪਣਾ, ਖੁਸ਼ ਰਹਿਣਾ, ਪੋਜ਼ਿਟਿਵ ਰਹਿਣਾ। ਨੈਗੇਟਿਵ ਤੋਂ ਨੈਗੇਟਿਵ ਸਿਚੁਏਸ਼ਨ ਵਿੱਚ ਵੀ ਇਹ ਕਹਿਣਾ ਕਿ ਮੈਂ ਬੜੀ ਖੁਸ਼ ਹਾਂ, ਅੱਜ ਦਾ ਮੇਰਾ ਦਿਨ ਬੈਸਟ ਹੈ, ਮੇਰਾ ਅੱਜ ਦਾ ਦਿਨ, ਮੇਰੀ ਜ਼ਿੰਦਗੀ ਦਾ ਬੈਸਟ ਦਿਨ ਹੈ, ਮੇਰੇ ਕੋਲ ਸਭ ਕੁਛ ਵਧੀਆ ਹੋ ਰਿਹਾ। ਜਸਟ ਅਟਰੈਕਟ ਐਵਰੀਥਿੰਗ, ਫੀਲ ਯੂ ਆਰ ਅ ਹੈਲਦੀ ਪਰਸਨ, ਯੂ ਆਰ ਅ ਬਿਊਟੀਫੁਲ ਪਰਸਨ। ਪਾਠ ਕਰੋ, ਅੱਛੀ ਡਾਇਟ ਫੋਲੋ ਕਰੋ, ਰੈਗੂਲਰ ਐਕਸਰਸਾਈਜ਼ ਕਰੋ, ਤੁਸੀਂ ਦੇਖੋਗੇ ਇੱਕ ਡਾਇਟ ਦੇ ਨਾਲ ਸਭ ਕੁਛ ਚੇਂਜ ਹੋ ਜਾਂਦਾ ਹੈ। ਵੈਸੇ ਤਾਂ ਸੂਰਜ ਡੁੱਬਣ ਤੋਂ ਬਾਅਦ ਖਾਣਾ ਹੀ ਨਹੀਂ ਚਾਹੀਦਾ, ਮੈਂ ਨਹੀਂ ਖਾਂਦੀ। ਸੋ ਲਵ ਯੂ ਆਲ, ਟੇਕ ਕੇਅਰ। ਫਿਰ ਵੀ ਤੁਹਾਨੂੰ ਲੱਗਦਾ ਕਿ ਮੈਂ ਤੁਹਾਡੇ ਕਿਸੇ ਦਾ ਕੋਈ ਆਂਸਰ ਜਾਂ ਕੋਈ ਮੈਸੇਜ ਮਿਸ ਕਰ ਗਿਆ ਹੋਵਾਂ, ਤਾਂ ਪਲੀਜ਼ ਵੀਡੀਓ ਦੇ ਨੀਚੇ ਜ਼ਰੂਰ ਦੱਸਣਾ, ਮੈਂ ਪਰਸਨਲੀ ਆਪ ਰਿਪਲਾਈ ਕਰਾਂਗੀ ਇਸੇ ਆਈਡੀ ਤੋਂ। ਲਵ ਯੂ ਮੇਰੀਆਂ ਸਾਰੀਆਂ ਭੈਣਾਂ ਨੂੰ, ਮੈਂ ਤੁਹਾਡੇ ਸਾਰਿਆਂ ਦੀ ਮਦਦ ਕਰਨਾ ਚਾਹੁੰਦੀ ਹਾਂ। ਮੈਂ ਚਾਹੁੰਦੀ ਮੇਰੀ ਹਰ ਭੈਣ ਫਿੱਟ ਰਹੇ, ਸੋਹਣੀ ਰਹੇ, ਹਰ ਇੱਕ ਨੂੰ ਬੱਚਾ ਹੋਵੇ, ਹਰ ਇੱਕ ਦੇ ਪੀਰੀਅਡ ਰੈਗੂਲਰ ਹੋਣ, ਹਰ ਇੱਕ ਦੇ ਹਾਰਮੋਨ ਬੈਲੈਂਸ ਹੋਣ, ਕਿਉਂਕਿ ਮੈਂ ਤੁਹਾਨੂੰ ਸਾਰਿਆਂ ਨੂੰ ਦਿਲ ਤੋਂ ਪਿਆਰ ਕਰਦੀ ਹਾਂ। ਲਵ ਯੂ ਆਲ, ਸਦਾ ਮੈਨੂੰ ਵੀ ਇੱਦਾਂ ਹੀ ਪਿਆਰ ਕਰਦੇ ਰਹਿਣਾ। ਬਾਏ ਬਾਏ, ਖੁਸ਼ ਰਹਿਣਾ, ਸਟ੍ਰੈਸ ਨਹੀਂ ਲੈਣਾ। ਮਿਲਦੇ ਹਾਂ ਅਗਲੇ ਹਫ਼ਤੇ ਬੜੇ ਜ਼ਿਆਦਾ ਸਰਪ੍ਰਾਈਜ਼ ਦੇ ਨਾਲ।